ਇੱਕ ਹੁੰਦਾ ਅਨਪੜ੍ਹ, ਇੱਕ ਹੁੰਦਾ ਅੱਧ ਪੜ੍ਹ, ਅੱਧਾ ਪੜ੍ਹਿਆ ਹੋਇਆ। ਜਿਹੜਾ ਬੰਦਾ ਅੱਧਾ ਪੜ੍ਹਿਆ ਵਿੱਚੋਂ ਵਿੱਚੋਂ ਪੜ੍ਹ ਲੈਂਦਾ ਥੋੜਾ ਬਹੁਤਾ, ਕਿੰਤੂ ਉਹੀ ਕਰਦਾ ਖਾਲਸਾ ਜੀ। ਜਿਹੜਾ ਗੁਰੂ ਦੀ ਕਿਰਪਾ ਨਾਲ ਪੂਰਾ ਕੋਈ ਗ੍ਰੰਥ ਪੜ੍ਹ ਲਵੇ, ਸਮਝ ਲਓ ਪੜ੍ਹਿਆ ਤੇ ਜਾਣਾ ਨਹੀਂ, ਪਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਕੀ ਭਾਵ ਹੈ ਉਹ ਕਦੇ ਨੀ ਕਿੰਤੂ ਕਰਦਾ ਖਾਲਸਾ ਜੀ। ਧੰਨ ਭਾਈ ਸੰਤੋਖ ਸਿੰਘ ਜੀ ਹਨ ਖਾਲਸਾ ਜੀ, ਇਹਨਾਂ ਦੀ ਦੇਣ ਅਸੀਂ ਦੇ ਨਹੀਂ ਸਕਦੇ। ਅਸੀਂ ਇਹਨਾਂ ਤੇ ਕਿੰਤੂ ਕਰ ਰਹੇ ਹਾਂ ਜੀ, ਇਸ ਗ੍ਰੰਥ ਵਿੱਚ ਇਹ ਹੈ ਇਹ ਹੈ, ਜੋ ਚੰਗਾ ਹੈ ਉਹ ਤਾਂ ਮੰਨ ਲਓ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ, 1430 ਅੰਗ ਕੋਈ ਸਾਰੇ ਮੰਨ ਲੈਂਦਾ? ਹਰ ਇੱਕ ਦੀ ਅਵਸਥਾ ਵੱਖਰੀ ਵੱਖਰੀ ਹੈ, ਹਰ ਇੱਕ ਦੀ ਅਵਸਥਾ ਵੱਖਰੀ ਵੱਖਰੀ ਹੈ ਨਾ। ਬ੍ਰਹਮ ਗਿਆਨ ਦੀ ਗੱਲ ਕੌਣ ਮੰਨਦਾ ਹੈ? ਨਹੀਂ ਭਾਈ, ਕੋਈ ਰੱਬ ਦੇ ਪਿਆਰੇ ਵਿਰਲੇ ਹਨ। ਇਸ ਕਰਕੇ ਹਰ ਇੱਕ ਦਾ ਜਿਹੜਾ ਹਿਰਦਾ ਹੈ, ਜਿਤਨੀ ਭਾਵਨਾ ਮਹਾਰਾਜ ਨੇ ਪਾਈ ਹੈ ਖਾਲਸਾ ਜੀ, ਉਤਨੀ ਪ੍ਰਗਟ ਹੋ ਜਾਣੀ, ਇਹ ਗੁਰੂ ਦੀ ਬਖਸ਼ਿਸ਼ ਹੈ। ਇਸ ਕਰਕੇ ਧੰਨ ਭਾਈ ਸੰਤੋਖ ਸਿੰਘ ਜੀ, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਜਿਨ੍ਹਾਂ ਨੂੰ ਦਰਸ਼ਨ ਹੋਏ 10 ਗੁਰੂ ਸਾਹਿਬਾਨ ਦੇ ਸਰਗੁਣ ਸਰੂਪ ਦੇ। ਇਹ ਸਰਗੁਣ ਸਰੂਪ ਦੀ ਕਥਾ ਹੈ, ਨਿਰਗੁਣ ਦੀ ਕਥਾ ਤੇ ਹੁੰਦੀ ਨਹੀਂ ਖਾਲਸਾ ਜੀ। ਅਕਥ ਕਥਾ ਕਥੀ ਨਾ ਜਾਏ, ਉਹ ਤਾਂ ਕਿਹਾ ਨਹੀਂ ਜਾ ਸਕਦਾ। ਪਰ ਇਹ ਵੀ ਜਿਹੜੀ ਕਥਾ ਹੈ ਮਹਾਰਾਜ ਨਿਰਗੁਣ ਸਰੂਪ ਦੀ, ਕਵੀ ਜੀ ਕਹਿੰਦੇ ਮੇਰੇ ਤੋਂ ਨਹੀਂ ਹੋ ਸਕਦੀ, ਮਹਾਰਾਜ ਤੁਸੀਂ ਕਿਰਪਾ ਕਰਨਾ। ਤੇ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਦੀ ਛੜੀ ਉਹਨਾਂ ਦੇ ਸੀਸ ਤੇ ਰਹੀ ਖਾਲਸਾ ਜੀ। ਜਿਵੇਂ ਜਿਵੇਂ ਜਿਹੜੇ ਜਿਹੜੇ ਕੌਤਕ ਹੁੰਦੇ ਰਹੇ ਭਾਈ ਸਾਹਿਬ ਲਿਖੇ ਗਏ। ਹੁਣ ਕਈ ਕੌਤਕ ਸਾਡੀ ਬੁੱਧੀ ਲੈਵਲ ਤੋਂ ਉੱਚੇ ਹਨ, ਉੱਥੇ ਬਖਸ਼ਿਸ਼ ਹੈ ਨਾ। ਜਿੱਥੇ ਬਖਸ਼ਿਸ਼ ਦਾ ਲੈਵਲ ਹੈ ਉਹ ਬਹੁਤ ਉੱਚਾ ਹੈ, ਸਾਡੀ ਬੁੱਧੀ ਤਾਂ ਅਜੇ ਲੋਅ ਲੈਵਲ ਤੇ ਹੈ ਖਾਲਸਾ ਜੀ। ਇਸ ਕਰਕੇ ਕਿੰਤੂ ਨਹੀਂ ਕਰਨਾ, ਅਰਦਾਸ ਕਰੋ ਮਹਾਰਾਜ ਸਾਨੂੰ ਸਮਝ ਆ ਜਾਵੇ, ਅਸੀਂ ਤੁਸ਼ ਬੁੱਧੀ ਵਾਲੇ ਹਾਂ। ਹਾਂ, ਸ਼ਰਧਾ ਨਾਲ ਅਰਦਾਸ ਕਰੋਗੇ ਸਮਝ ਆ ਜਾਏਗੀ, ਕੋਈ ਘਾਟਾ ਨਹੀਂ ਰਹੇਗਾ। ਇਸ ਕਰਕੇ ਖਾਲਸਾ ਜੀ, ਦੇਖੋ ਲੱਖਾਂ ਸੰਗਤਾਂ ਥਾਂ ਥਾਂ ਤੇ ਕਥਾ ਸਰਵਣ ਕਰਦੀਆਂ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀਆਂ। ਇਹ ਮਹਾਰਾਜ ਦਾ ਇਨ ਬਿਨ ਜੀਵਨ ਹੈ, ਦੇਖੋ ਕਿਵੇਂ ਚੱਲਦਾ ਆ ਰਿਹਾ, ਇੱਕ ਫਿਲਮ ਦੀ ਤਰ੍ਹਾਂ ਹੈ। ਜਿਹੜੇ ਸ਼ਰੋਤਾ ਰੋਜ਼ ਸਰਵਣ ਕਰਦੇ ਨਾ ਬਾਣੀ ਨੂੰ, ਕਥਾ ਨੂੰ, ਉਹਨਾਂ ਨੂੰ ਪਤਾ ਹੈ ਸਾਹਮਣੇ ਉਹਨਾਂ ਦੀ ਫਿਲਮ ਆ ਜਾਂਦੀ ਹੈ, ਕਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿੱਥੇ ਗੁਰਦੁਆਰਾ ਨਾਨਕ ਮਤਾ ਸਾਹਿਬ ਹੈ ਉੱਥੋਂ ਤੁਰੇ, ਤੁਰਦੇ ਤੁਰਦੇ ਗੰਗਾ ਦੇ ਕੰਢੇ ਤੇ ਆਏ, ਉੱਥੇ ਥੋੜਾ ਟਿਕਾਣਾ ਕੀਤਾ, ਉਸ ਤੋਂ ਗਾ ਜਮੁਨਾ ਦਾ ਕੰਢਾ ਹੈ, ਉਹਨੂੰ ਪਾਰ ਕਰਕੇ ਜਗਾਦਰੀ ਤੋਂ ਪਰਲੇ ਪਾਸੇ ਸਾਰਾ ਇਲਾਕਾ ਹੈ, ਫਿਰ ਕੁਰੂਕਸ਼ੇਤਰ ਦੀ ਧਰਤੀ ਜਿਹਦਾ ਪਹਿਲਾ ਨਾਮ ਸੀ ਥਨੇਸਰ, ਉੱਥੇ 7 ਗੁਰੂ ਸਾਹਿਬਾਨ ਦੇ ਪ੍ਰਤੱਖ ਚਰਨ ਪਏ, 8ਵੇਂ ਗੁਰੂ ਸਾਹਿਬਾਨ ਵੀ ਗਏ। ਉਹ ਕੌਣ? ਧੰਨ ਗੁਰੂ ਰਾਮਦਾਸ ਮਾਰ, ਉਦੋਂ ਜੇਠਾ ਜੀ ਸਨ, ਉਦੋਂ ਬਖਸ਼ਿਸ਼ ਨਹੀਂ ਪ੍ਰਾਪਤ ਹੋਈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਗੁਰੂ ਨਾਨਕ ਮਹਾਰਾਜ ਦੇ ਚਰਨ ਪਏ। ਜਿੱਥੇ ਬ੍ਰਹਮ ਸਰੋਵਰ ਹੈ ਨਾ, ਉਹਦੇ ਇੱਕ ਕੰਢੇ ਤੇ ਗੁਰੂ ਨਾਨਕ ਮਹਾਰਾਜ ਦਾ ਗੁਰਦੁਆਰਾ ਹੈ, ਪਾਵਨ ਸਥਾਨ ਹੈ, ਦੂਸਰੇ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਦਾ ਪਾਵਨ ਸਥਾਨ ਹੈ। ਤੇ ਮਹਾਰਾਜ ਨੇ ਪਹਿਲਾਂ ਚਰਨ ਪਾਏ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਪਾਤਸ਼ਾਹੀ 6ਵੀਂ ਹੈ, ਕੁਰੂਕਸ਼ੇਤਰ ਦੀ ਪਾਵਨ ਧਰਤੀ ਥਨੇਸਰ ਦਾ ਇਲਾਕਾ, ਉਹਦੇ ਪਿਛਲੇ ਪਾਸੇ ਪਾਵਨ ਸਥਾਨ ਹੈ ਖਾਲਸਾ ਜੀ 3ਜੇ ਪਾਤਸ਼ਾਹ ਦਾ। 7 ਗੁਰੂ ਸਾਹਿਬਾਨ ਦੇ ਤਾਂ ਪਾਵਨ ਸਥਾਨ ਪ੍ਰਤੱਖ ਹਨ, ਪਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਹ ਪਾਵਨ ਸਥਾਨ ਬਣਿਆ ਨੇ ਵੀ ਉਦੋਂ ਗੁਰੂ ਨਹੀਂ ਬਣੇ ਸਨ, ਪਰ ਗੁਰੂ ਨਾਨਕ ਮਹਾਰਾਜ ਦੇ ਸਰੂਪ ਜਦੋਂ 3ਜੇ ਪਾਤਸ਼ਾਹ ਕੁਰੂਕਸ਼ੇਤਰ ਤੋਂ ਲੰਘ ਕੇ ਹਰਿਦੁਆਰ ਗਏ ਸਨ ਨਾ,
ਉਦੋਂ ਭਾਈ ਜੇਠਾ ਜੀ ਨਾਲ ਸਨ ਉਹਨਾਂ ਦੇ। ਅੱਠ ਗੁਰੂ ਸਾਹਿਬਾਨ ਦੀ ਧਰਤੀ ਹੈ ਕੁਰੂਕਸ਼ੇਤਰ ਦੀ ਧਰਤੀ। ਕਿਉਂ ਦੇਖੋ ਉੱਥੇ ਅੱਠ ਗੁਰੂ ਸਾਹਿਬਾਨ ਕਿਉਂ ਗਏ? ਜਿੱਥੇ ਖਾਲਸਾ ਚ ਜ਼ਿਆਦਾ ਪਖੰਡ ਹੋਵੇ ਨਾ, ਗੁਰੂ ਸਾਹਿਬਾਨ ਨੇ ਉੱਥੇ ਸੁਧਾਰ ਕਰਨਾ ਹੈ। ਪਖੰਡ ਦਾ ਸੁਧਾਰ ਕਰਨਾ ਮਹਾਰਾਜ ਕੋਈ ਤੀਰਥਾਂ ਦੇ ਇਸ਼ਨਾਨ ਥੋੜ੍ਹੀ ਗਏ ਸਨ ਖਾਲਸਾ ਜੀ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਉਸ ਧਰਤੀ 'ਤੇ ਪਹੁੰਚੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਪਾਤਸ਼ਾਹ ਛੇਵੀਂ ਆ, ਉੱਥੇ ਟਿਕਾਣਾ ਕੀਤਾ ਮਹਾਰਾਜ ਜੀ ਨੇ। ਫਿਰ ਜਿਹੜਾ ਬ੍ਰਹਮ ਸਰੋਵਰ ਹੈ ਪਰਲੇ ਪਾਸੇ, ਦੋ ਬ੍ਰਹਮ ਸਰੋਵਰ, ਇੱਕ ਛੋਟਾ ਹੈ ਉਹ ਸਾਹਮਣੇ ਹੀ ਹੈ, ਇੱਕ ਥੋੜ੍ਹਾ ਪਰੇ ਜਾ ਕੇ ਹੈ। ਅਤੇ ਉੱਥੇ ਗੁਰੂ ਨਾਨਕ ਮਹਾਰਾਜ ਦਾ ਪਾਵਨ ਸਥਾਨ, ਉੱਥੇ ਜਾ ਕੇ ਮਹਾਰਾਜ ਨੇ ਨਤਮਸਤਕ ਮੱਥਾ ਟੇਕਿਆ। ਸੰਗਤਾਂ ਨੂੰ ਕਹਿਣ ਲੱਗੇ, ਗੁਰੂ ਕੇ ਪਿਆਰਿਓ, ਇਹ ਉਹ ਪਾਵਨ ਸਥਾਨ ਹੈ ਜਿੱਥੇ ਸੂਰਜ ਗ੍ਰਹਿਣ ਦਾ ਮੇਲਾ ਲੱਗਦਾ ਹੈ। ਅਤੇ ਇੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਸਮਾਜ ਦਾ ਜਿਹੜਾ ਦਵੰਧ ਹੈ ਉਹ ਦੂਰ ਕੀਤਾ ਸੀ। ਮਾਸ ਪਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ, ਇੱਥੇ ਸ਼ਬਦ ਉਚਾਰਿਆ ਸੀ ਮਹਾਰਾਜ। ਉਹਨਾਂ ਬ੍ਰਾਹਮਣਾਂ ਦੇ ਜਿਹੜੇ ਕੱਟੜਪੰਥੀ ਹਨ ਉਹਨਾਂ ਦੇ ਸ਼ੰਕੇ ਦੂਰ ਕੀਤੇ। ਕੌਣ ਮਾਸ ਕੌਣ ਸਾਫ ਕਹਾਵੇ, ਮਾਸ ਕੀ ਹੈ ਸਾਫ ਕੀ ਹੈ, ਸਭ ਰੱਬ ਦੇ ਜੀਵ ਹੀ ਹੈ। ਅਸੀਂ ਜੀਵ ਹੀ ਛੱਕ ਰਹੇ ਹਾਂ, ਹਵਾ ਹੈ ਇਹ ਜੀਵ ਹੀ ਹੈ ਖਾਲਸਾ ਜੀ। ਐਵੇਂ ਵਿਵਾਦ ਨਹੀਂ ਕਰਨਾ। ਆ ਜਿਹੜਾ ਨਹੀਂ ਛੱਕਦਾ ਨਾ ਛੱਕੇ, ਜਿਹੜਾ ਛੱਕੇ ਉਹ ਛੱਕੇ, ਉਹ ਵੱਖਰੀ ਗੱਲ ਹੈ। ਅਸਲ ਗੱਲ ਤੇ ਕੋਈ ਹੈ ਕੋਈ ਸਿਮਰਨ ਬਾਰੇ, ਨਾਮ ਰਸ ਬਾਰੇ, ਉਹ ਤਾਂ ਕੋਈ ਅਸੀਂ ਕਰਦੇ ਨਹੀਂ ਗੱਲ। ਐਵੇਂ ਉਲਡੀਆਂ ਪਲਡੀਆਂ ਗੱਲਾਂ ਕਰਕੇ ਟਾਈਮ ਪਾਸ ਕਰਦੇ ਨੇ ਖਾਲਸਾ ਜੀ। ਅਸਲ ਜਿਹੜਾ ਰਸ ਆਉਣਾ ਹੈ ਨਾ, ਵਾਹਿਗੁਰੂ 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 ਸਿੱਖਿਆ ਬਖਸ਼ਿਸ਼ ਕੀਤੀ ਗੁਰੂ ਨਾਨਕ ਮਹਾਰਾਜ ਜੀ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਗੁਰਸਿੱਖੋ ਇਹ ਪਾਵਨ ਸਥਾਨ ਹੈ, ਇੱਥੇ ਮਹਾਰਾਜ ਨੇ ਕਈਆਂ ਦੇ ਸ਼ੰਕੇ ਦੂਰ ਕੀਤੇ। ਤੇ ਉੱਥੋਂ ਮਹਾਰਾਜ ਚਾਲੇ ਪਾਏ ਤੇ ਇੱਧਰ ਡਰੋਲੀ ਵੱਲ ਆ ਰਹੇ ਹਨ। ਖਬਰ ਭੇਜੀ ਭਾਈ ਸਾਈ ਦਾਸ ਕੋਲ, ਸਾਈ ਦਾਸ ਜੀ ਜਾ ਕੇ ਖਬਰ ਦਵੋ ਕਿ ਮਹਾਰਾਜ ਜੀ ਆ ਰਹੇ ਹਨ। ਇੱਧਰ ਸਾਈ ਦਾਸ ਪਹਿਲਾਂ ਹੀ ਤੁਰ ਪਿਆ ਇੱਕੋ ਲੈਣ ਵਾਸਤੇ ਮਹਾਰਾਜ ਨੂੰ, ਸਾਰਾ ਪਰਿਵਾਰ ਤਿਆਰੀ ਕਰ ਰਿਹਾ। ਜਦੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਮਿਲੇ ਭਾਈ ਸਾਈ ਦਾਸ, ਮਹਾਰਾਜ ਚੜ੍ਹੇ ਹੋਏ ਘੋੜੇ ਤੇ। ਉੱਧਰ ਮਹਾਰਾਜ ਤੇਜ ਆਉਣ ਲੱਗੇ, ਕਿਉਂ ਆਉਣ ਲੱਗੇ, ਪ੍ਰੇਮ ਦੀ ਖਿੱਚ ਇਤਨੀ ਵਧਣ ਲੱਗੀ ਕਿ ਰਿਹਾ ਨਹੀਂ ਜਾ ਰਿਹਾ ਮਹਾਰਾਜ ਜੀ ਕੋਲ। ਪੋਈਆ ਚਾਲ ਪਾ ਲਈ ਮਹਾਰਾਜ ਨੇ ਘੋੜੇ ਦੀ, ਇਹ ਚਾਲ ਹੁੰਦੀ ਹੈ ਰੇਬੀਆ ਪੋਈਆ ਆਦਿ ਚਾਲਾਂ ਹੁੰਦੀਆਂ। ਘੋੜਾ ਤੇਜ ਕੀਤਾ, ਉਹਨੂੰ ਪੋਈਆ ਚਾਲ ਤੇ ਪਾਇਆ ਮਹਾਰਾਜ ਜੀ ਨੇ। ਇੱਧਰ ਭਾਈ ਸਾਈ ਦਾਸ ਦੀ ਖਿੱਚ ਅੱਖਾਂ ਚੋਂ ਹੰਝੂ ਆਈ ਜਾਣ, ਇਹੀ ਤਮੰਨਾ ਹੈ। ਦਰਸ਼ਨ ਦੇਖ ਜੀਵਾ ਗੁਰ ਤੇਰਾ, 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 ਦਰਸ਼ਨ ਦੇਖ ਜੀਵਾ ਗੁਰ ਤੇਰਾ।
ਸੀਸ ਧਰਿਆ ਚਰਨਾਂ ਉੱਤੇ ਮਹਾਰਾਜ ਦੇ, ਮੱਥਾ ਟੇਕਿਆ, ਅੱਖਾਂ ਚੋਂ ਜਿਹੜੇ ਹੰਝੂ ਆਏ ਪ੍ਰੇਮ ਦੇ, ਉਹ ਸਾਰੇ ਚਰਨ ਭਿੱਜ ਗਏ ਖਾਲਸਾ ਜੀ। ਇਹ ਮਹਾਰਾਜ ਨੇ ਹੱਥ ਫੜਿਆ, ਉੱਠੋ ਭਾਈ ਸਾਈਂ ਦਾਸ ਜੀ, ਤੇ ਕਿਵੇਂ ਲੈ ਕੇ ਹੁਣ ਮਹਾਰਾਜ ਨੂੰ ਇੱਧਰ ਆ ਰਹੇ ਹਨ ਆਪਣੇ ਘਰ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਡੋਲੀ ਭਾਈ ਕੀ ਉਹਨਾਂ ਦਾ ਆਗਮਨ ਹੋ ਰਿਹਾ ਹੈ। ਆਓ ਇਸ ਆਗਮਨ ਦੀ ਕਥਾ ਨੂੰ ਸਰਵਣ ਕਰਨ ਲਈ ਅਸੀਂ ਸਾਰੇ ਹੀ ਆਪਣੇ ਹਿਰਦੇ ਨੂੰ ਸ਼ਾਂਤ ਕਰੀਏ, ਸਹਿਜ ਰਸ ਵਿੱਚ ਲੈ ਕੇ ਆਈਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਸ੍ਰੀ ਹਰਗੋਬਿੰਦ ਪਰਸੇ ਉਪਾਨ, ਠੀਕ ਹੋ, ਸੁਖ ਸ਼ਾਂਤੀ ਹੈ, ਕੋਈ ਤਕਲੀਫ ਤਾਂ ਨਹੀਂ, ਇਹ ਹਾਲ ਚਾਲ ਪੁੱਛਿਆ ਹੈ। ਸਭ ਆਨੰਦ ਹੈ ਕਿਰਪਾ ਤੁਮਾਰੀ। ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਜਿਨ੍ਹਾਂ ਉੱਤੇ ਤੁਹਾਡੀ ਮਾਇਆ ਹੋਵੇ, ਤੁਹਾਡੀ ਬਖਸ਼ਿਸ਼ ਹੋਵੇ, ਤੁਹਾਡੀ ਨਜ਼ਰ ਹੋਵੇ ਮਹਾਰਾਜ, ਉਹਨਾਂ ਨੂੰ ਦੁੱਖ ਮਿਲ ਸਕਦਾ ਹੈ? ਮਹਾਰਾਜ ਬਹੁਤ ਬਖਸ਼ਿਸ਼ ਹੈ, ਸਭ ਆਨੰਦ ਹੈ ਸਤਿਗੁਰ ਜੀ ਤੁਹਾਡੀ ਬਖਸ਼ਿਸ਼ ਕਰਕੇ। ਇਸ ਦਿਨ ਅਖਿਲ ਪ੍ਰਤੀਖਨ ਤਾਰੀ, ਮਹਾਰਾਜ ਜੀ ਦਿਨ ਰਾਤ ਸਾਰਾ ਪਰਿਵਾਰ ਤੁਹਾਡੀ ਉਡੀਕ ਕਰਦਾ ਪਿਆ। ਇਹੀ ਉਡੀਕ ਹੈ ਕਦੋਂ ਮਹਾਰਾਜ ਜੀ ਆਣਗੇ, ਕਦੋਂ ਆਣਗੇ, ਸਾਰੇ ਪਰਿਵਾਰ ਦੀ ਸਤਿਗੁਰ ਜੀ ਇਹੀ ਉਡੀਕ ਸੀ। ਸਹਿਤ ਸਨੁਖਾ ਜਨਨੀ ਗੰਗਾ, ਸਤਿਗੁਰ ਜੀ ਆਪ ਜੀ ਦੀ ਮਾਤਾ ਧੰਨ ਮਾਤਾ ਗੰਗਾ ਜੀ, ਆਪਣੀ ਜੋ ਦੋ ਨੂੰਹਾਂ ਹਨ ਮਾਤਾ ਦਮੋਦਰੀ ਜੀ ਤੇ ਮਾਤਾ ਨਾਨਕੀ ਜੀ ਦੇ ਸਹਿਤ, ਕੁਸ਼ਲ ਸਹਿਤ ਸੇਵਕ ਸਰ ਬੰਗਾ, ਸਭ ਮਹਾਰਾਜ ਸੇਵਕਾਂ ਦੇ ਸਹਿਤ ਕੁਸ਼ਲ ਹਨ, ਚੜ੍ਹਦੀ ਕਲਾ ਵਿੱਚ ਹਨ। ਮਹਾਰਾਜ ਤੁਹਾਡਾ ਹੀ ਰੂਪ ਹੈ ਸਤਿਗੁਰੂ ਜੀ, ਤੁਸੀਂ ਥੋੜੇ ਲੇਟ ਆਏ, ਉਹ ਪਹਿਲਾਂ ਆ ਗਏ ਮਹਾਰਾਜ, ਇਸ ਕਰਕੇ ਮਹਾਰਾਜ ਸਾਰੇ ਚੜ੍ਹਦੀ ਕਲਾ ਵਿੱਚ ਹਨ, ਕਿਸੇ ਨੂੰ ਕੋਈ ਦੁੱਖ ਨਹੀਂ ਹੈ। ਦਿਨ ਸੰਮਤ ਸਮ ਬੀਤਤ ਰਹੇ ਹੋ। ਹਾਂ ਮਹਾਰਾਜ, ਇੱਕ ਉਖਿਆਈ ਆ ਗਈ ਸੀ, ਕਾਹਦੀ ਉਖਿਆਈ ਭਾਈ ਸਾਈਂ ਦਾਸ ਜੀ? ਮਹਾਰਾਜ ਇਹ ਸੀ, ਇੱਕ ਘੜੀ ਨ ਮਿਲਤੇ ਤਾਂ ਕਲਯੁਗ ਹੋਤਾ, ਇਹ ਉਖਿਆਈ ਸੀ ਮਹਾਰਾਜ। ਇੱਕ ਇੱਕ ਦਿਨ ਇੱਕ ਸਾਲ ਸਾਲ ਵਾਂਗ ਮਹਾਰਾਜ ਬਤੀਤ ਹੁੰਦਾ ਸੀ, ਕਦੋਂ ਮਹਾਰਾਜ ਜੀ ਆਣਗੇ? ਇੱਕ ਸਾਲ ਹੋ ਗਿਆ, ਦੇਖੋ ਇੱਕ ਦਿਨ ਇੱਕ ਸਾਲ, ਦੋ ਦਿਨ ਦੋ ਸਾਲ। ਮਹਾਰਾਜ ਉਖਿਆਈ ਤਾਂ ਇਹ ਸੀ ਕਿ ਤੁਹਾਡੇ ਦਰਸ਼ਨ ਤੋਂ ਬਿਨਾਂ ਸਤਿਗੁਰ ਜੀ ਦਿਨ ਬੜੇ ਔਖੇ ਬਤੀਤ ਹੁੰਦੇ ਹਨ। ਲੱਗੀ ਉਡੀਕ ਦਰਸੇ ਅਬ ਲਹੇ ਹੋ। ਮਹਾਰਾਜ ਬਹੁਤ ਉਡੀਕ ਸੀ ਵੀ ਕਦੋਂ ਮਹਾਰਾਜ ਜੀ ਆਉਣਗੇ, ਕਦੋਂ ਆਣਗੇ। ਅੱਜ ਮਹਾਰਾਜ ਉਡੀਕ ਪੂਰੀ ਹੋ ਗਈ ਹੈ, ਤੁਹਾਡੇ ਪ੍ਰਤੱਖ ਦਰਸ਼ਨ ਹੋਏ ਹਨ। ਸਨੇ ਸਨੇ ਗਮਨੇ ਦਿਸ਼ ਗ੍ਰਾਮੋ, ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਕਰਦੇ ਮਹਾਰਾਜ ਵੀ ਤੇ ਭਾਈ ਸਾਈਂ ਦਾਸ ਵੀ ਸਹਿਜ ਸਹਿਜ ਡਰੋਲੀ ਪਿੰਡ ਵੱਲ ਆ ਰਹੇ ਹਨ। ਬੋਲਤ ਬਾਤ ਕਰਤੇ ਅਬਿਰਾਮੋ, ਬੜੀਆਂ ਸੋਹਣੀਆਂ ਗੱਲਾਂ ਮਹਾਰਾਜ ਜੀ ਕਰਦੇ ਹੋਏ ਦੋਵੇਂ ਆ ਰਹੇ ਹਨ। ਸਾਈਂ ਦਾਸ ਸਦਾ ਰਿਦ ਮੇਰੇ, ਐ ਸਾਈਂ ਦਾਸ ਜਿਵੇਂ ਤੇਰਾ ਪਿਆਰ ਬਹੁਤ ਜ਼ਿਆਦਾ ਹੈ, ਇੱਧਰ ਵੀ ਸਾਡੇ ਹਿਰਦੇ ਵਿੱਚ ਤੇਰੇ ਪ੍ਰਤੀ ਬਹੁਤ ਖਿੱਚ ਹੈ, ਤੁਸੀਂ ਹਮੇਸ਼ਾ ਹੀ ਸਾਡੇ ਹਿਰਦੇ ਵਿੱਚ ਵਸਤ ਰਹੋ ਤੋ ਪ੍ਰੇਮ ਬਡੇਰੇ, ਤੁਹਾਡਾ ਇਤਨਾ ਪ੍ਰੇਮ ਕਿ ਤੁਸੀਂ ਮੇਰੇ ਹਿਰਦੇ ਤੋਂ ਬਾਹਰ ਹੋਏ ਵੀ ਨਹੀਂ। ਅਸੀਂ ਭਾਵੇਂ ਅੰਮ੍ਰਿਤਸਰ ਤੋਂ ਨਾਨਕ ਮਤਾ ਸਾਹਿਬ ਗਏ ਪਰ ਤੁਹਾਡੀ ਖਿੱਚ ਰਹੀ ਵਾਂ, ਜਾ ਉਧਰ ਰਹੇ ਸੀ ਪਰ ਧਿਆਨ ਇੱਧਰ ਵੀ ਸੀ, ਦੋਵੇਂ ਪਾਸੇ ਧਿਆਨ ਸਾਡਾ ਦੁਵੱਲਾ ਧਿਆਨ ਸੀ।
ਸਾਈਂ ਦਾਸ ਦੀ ਖਿੱਚ ਹੈ, ਉਹਦੇ ਕੋਲ ਜ਼ਰੂਰ ਜਾਣਾ ਹੈ, ਉਹਦਾ ਪ੍ਰੇਮ ਹੈ। ਦੇਖੋ ਇਹਨੂੰ ਕਹਿੰਦੇ ਸਾਚ ਕਹੋ ਸੁਨ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਈਂ ਦਾਸ ਤੂੰ ਸਾਨੂੰ ਪਾ ਲਿਆ, ਬਸ ਤੇਰੇ ਮਨ ਵਿੱਚ ਸਾਡੀ ਖਿੱਚ ਹੈ ਤੇ ਸਾਡੇ ਮਨ ਵਿੱਚ ਤੇਰੀ ਖਿੱਚ ਹੈ, ਅਸੀਂ ਦੋਵੇਂ ਓਤ ਪੋਤ ਹੋ ਗਏ ਹਾਂ। ਸਿਮਰਤ ਕਰਤ ਚਹਿਤ ਇਤਿਆਵਨ, ਅਸੀਂ ਤਾਂ ਚਾਹੁੰਦੇ ਸੀ ਵੀ ਇੱਧਰ ਆਈਏ, ਤੁਹਾਡੀ ਯਾਦ ਸਾਨੂੰ ਬਾਰ ਬਾਰ ਸਤਾ ਰਹੀ ਸੀ। ਹਿਤ ਕਾਰਜ ਬਿਲਮੋ ਸਭ ਥਾਵਨ, ਪਰ ਕਈ ਕਾਰਜ ਵੀ ਹਨ, ਕਈ ਰੱਬ ਦੇ ਪਿਆਰੇ ਹਨ ਤੇ ਉਹਨਾਂ ਕਾਰਜਾਂ ਕਰਕੇ ਸਾਨੂੰ ਥੋੜੀ ਦੇਰ ਲੱਗੀ ਹੈ। ਇਸ ਕਰਕੇ ਮਹਾਰਾਜ ਜੀ ਕਹਿਣਗੇ ਸਾਈ ਦਾਸ ਜੀ ਸਾਡੇ ਵੱਲੋਂ ਥੋੜੀ ਮਾਫ਼ੀ ਤੁਹਾਡੇ ਚਰਨਾਂ ਵਿੱਚ। ਦੇਖੋ ਗੁਰੂ ਸਾਹਿਬ ਵੀ ਮਹਾਰਾਜ ਨੀਵੇਂ ਹੋ ਗਏ, ਭਾਈ ਸਾਈ ਦਾਸ ਥੋੜੀ ਦੇਰ ਹੋ ਗਈ ਹੈ ਤੁਹਾਡੇ ਦਰਸ਼ਨ ਹੋਏ ਨੂੰ, ਤੁਹਾਡੇ ਦਰਸ਼ਨ ਵੀ ਅਸੀਂ ਕਰਨੇ ਸਨ, ਇਹ ਵੀ ਦੇਖੋ ਮਹਾਰਾਜ ਦੀ ਤਮੰਨਾ ਹੈ। ਭਾਈ ਸਿੱਧ ਮੈਂ ਦੇਰ ਲਗਾਏ, ਚਲੋ ਸਤਿਗੁਰੂ ਨਾਨਕ ਮਹਾਰਾਜ ਦੀ ਕਿਰਪਾ ਹੋਈ, ਉਹ ਸਾਰੇ ਕਾਰਜ ਹੁਣ ਪੂਰੇ ਹੋ ਗਏ ਹਨ, ਬਹੁਤੀ ਦੇਰ ਨਹੀਂ ਲੱਗੀ। ਸ਼ੀਗਰ ਕਰਤ ਤੇਰੀ ਦਿਸ਼ਾ ਏ, ਅਸੀਂ ਬਹੁਤ ਕਾਹਲੀ ਨਾਲ ਪੈਂਡਾ ਤੈਅ ਕਰਦੇ ਕਰਦੇ ਤੁਹਾਡੇ ਵੱਲ ਆਏ ਹਾਂ। ਮਗ ਮੈਂ ਸਿੱਖ ਸੰਗਤ ਸਭ ਥਾਈ, ਪਰ ਦੂਰ ਦਾ ਪੈਂਡਾ ਹੈ, ਰਸਤੇ ਵਿੱਚ ਅਨੇਕ ਗੁਰੂ ਕੇ ਪਿਆਰੇ ਸਾਨੂੰ ਆ ਕੇ ਮਿਲੇ ਹਨ। ਕਰ ਕਰ ਬਿਨਤੀ ਲੇ ਟਿਕਾਈ, ਉਹਨਾਂ ਦਾ ਵੀ ਪ੍ਰੇਮ ਹੈ ਸਾਈ ਦਾਸ, ਬਹੁਤ ਪਿਆਰੇ ਹਨ, ਤੁਹਾਡੇ ਵਰਗੇ ਅਨੇਕਾਂ ਪਿਆਰੇ ਹਨ ਤੇ ਉਹਨਾਂ ਪਿਆਰਿਆਂ ਦਾ ਵੀ ਪ੍ਰੇਮ ਹੈ। ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਇੱਕ ਦਿਨ ਇੱਥੇ ਰਹੋ, ਇੱਕ ਹੋਰ ਰਹੋ ਮਹਾਰਾਜ, ਇੱਕ ਦਿਨ ਹੋਰ ਰਹਿ ਜਾਓ, ਅਸੀਂ ਕਿੱਥੇ ਕਿੱਥੇ ਜਾਂਦੇ ਤੇ ਕਿੱਥੇ ਨਾ ਜਾਂਦੇ, ਹਰ ਥਾਂ ਤੇ ਸਾਨੂੰ ਜਾਣਾ ਪੈਣਾ ਹੈ ਤੇ ਪੈਂਦਾ ਵੀ ਹੈ। ਖਾਲਸਾ ਜੀ ਜਿੱਥੇ ਗੁਰਸਿੱਖਾਂ ਦਾ ਪ੍ਰੇਮ ਹੈ ਤੇ ਉੱਥੇ ਮਹਾਰਾਜ ਜ਼ਰੂਰ ਜਾਂਦੇ ਹਨ। ਸਭ ਹਿਨ ਮਨੋ ਕਾਮਨਾ ਪੂਰ, ਇਸ ਕਰਕੇ ਭਾਈ ਸਾਈ ਦਾਸ ਜੀ ਰਸਤੇ ਦਾ ਜਿਹੜਾ ਪੈਂਡਾ ਹੈ ਨਾ, ਪੈਂਡਾ ਤੈਅ ਕਰਦੇ ਅਨੇਕਾਂ ਗੁਰਸਿੱਖਾਂ ਦੇ ਅਸਥਾਨਾਂ ਤੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਅਸੀਂ ਦਰਸ਼ਨ ਵੀ ਬਖਸ਼ਿਸ਼ ਕੀਤੇ ਤੇ ਸਭ ਦੀ ਮਨੋਕਾਮਨਾ ਪੂਰੀ ਕੀਤੀ ਹੈ। ਆਏ ਸ਼ੀਗਰ ਲਖੋਂ ਮਗ ਦੂਰ, ਤੇ ਪੈਂਡਾ ਤੇ ਬੜਾ ਦੂਰ ਦਾ ਹੈ ਪਰ ਤੇਰੇ ਪ੍ਰੇਮ ਦੇ ਵੱਜੇ ਹੋਏ ਅਸੀਂ ਛੇਤੀ ਆ ਗਏ ਹਾਂ। ਹਿਮ ਬੋਲਤ ਬੈਸਤ ਗੁਰਨਾਥ, ਇਸ ਤਰ੍ਹਾਂ ਮਹਾਰਾਜ ਗੱਲਾਂ ਬਾਤਾਂ ਕਰਦੇ ਕਰਦੇ ਆ ਕੇ ਬੈਠ ਗਏ ਹਨ। ਸਾਈ ਦਾਸ ਲੀਏ ਨਿਜ ਸਾਥ, ਨਾਲ ਭਾਈ ਸਾਈ ਦਾਸ ਸਤਿਗੁਰ ਮਹਾਰਾਜ ਜੀ ਦੇ ਨਾਲ ਹੀ ਹੈ। ਰਾਮ ਡਰੋਲੀ ਪਏ ਪਰਵੇਸ਼, ਮਹਾਰਾਜ ਜਦੋਂ ਡਰੋਲੀ ਪਿੰਡ ਵਿੱਚ ਆ ਕੇ ਸਤਿਗੁਰ ਮਹਾਰਾਜ ਜੀ ਨੇ ਪ੍ਰਵੇਸ਼ ਕੀਤਾ ਹੈ। ਆਏ ਮਿਲੇ ਤੈਂ ਲੋਕ ਅਸ਼ੇਸ਼, ਮਹਾਰਾਜ ਹੁਣ ਘੋੜੇ ਤੋਂ ਥੱਲੇ ਉਤਰਨ ਲੱਗੇ। ਖਾਲਸਾ ਜੀ ਅਜੇ ਚੜੇ ਹੋਏ ਮਹਾਰਾਜ, ਸਤਿਗੁਰ ਮਹਾਰਾਜ ਚੜੇ ਹੋਏ ਘੋੜੇ ਤੇ ਨਾਲ ਭਾਈ ਸਾਈ ਦਾਸ ਪੈਦਲ ਪੈਦਲ ਆ ਰਹੇ ਹਨ। ਜਦੋਂ ਅਨੇਕਾਂ ਸੰਗਤਾਂ ਮਹਾਰਾਜ ਜੀ ਨੂੰ ਆ ਕੇ ਮਿਲੀਆਂ ਹਨ। ਜਥਾ ਜੋਗ ਮਿਲ ਬੋਲਨ ਕਰਕੇ, ਜਿਸ ਨਾਲ ਜੋ ਮਿਲਣਾ ਸੀ ਮਿਲਣਾ ਸਭ ਨਾਲ ਹੈ, ਸਭ ਦਾ ਹਾਲ ਚਾਲ ਪੁੱਛਿਆ ਮਹਾਰਾਜ ਜੀ ਨੇ। ਹਿਆ ਟਿਕਾਏ ਦਰ ਤਰੇ ਉਤਰ ਕੇ, ਉੱਥੇ ਦਰਵਾਜੇ ਦੇ ਕੋਲ ਮਹਾਰਾਜ ਜੀ ਨੇ ਆਪਣਾ ਘੋੜਾ ਟਿਕਾਇਆ, ਆਪ ਥੱਲੇ ਉਤਰੇ ਹਨ। ਗਏ ਪ੍ਰਥਮ ਗੰਗਾ ਕੇ ਪਾਸੀ, ਧੰਨ ਮਾਤਾ ਗੰਗਾ ਜੀ। ਦੇਖੋ ਮਾਂ ਦਾ ਸਤਿਕਾਰ ਕਰਨਾ ਬਹੁਤ ਲਾਜ਼ਮੀ ਹੈ। ਸਤਿਗੁਰ ਜੀ ਪਹਿਲਾਂ ਜਿੱਥੇ ਧੰਨ ਮਾਤਾ ਗੰਗਾ ਜੀ ਹਨ ਉਹਨਾਂ ਵੱਲ ਜਾ ਰਹੇ ਹਨ। ਤਨੁਜ ਬਿਲੋਕਨ ਕੀ ਬੜ ਪਿਆਸੀ, ਉਧਰ ਮਾਤਾ ਗੰਗਾ ਜੀ ਨੂੰ ਵੀ ਬੜੀ ਪ੍ਰੇਮ ਹੈ, ਪਿਆਸਾ ਹੈ। ਖਾਲਸਾ ਜੀ ਕਿ ਮੇਰਾ ਸਾਹਿਬਜ਼ਾਦਾ ਮੇਰਾ ਪੁੱਤਰ ਆ ਰਿਹਾ ਹੈ ਤੇ ਉਹ ਹਿਰਦੇ ਵਾਲਾ ਪੁੱਤਰ ਅੰਦਰ ਆਨੰਦ ਦੇਣ ਵਾਲਾ ਹੈ। ਮਾਤਾ ਜੀ ਦੇ ਮਨ ਵਿੱਚ ਇਹੀ ਤਮੰਨਾ ਹੈ ਕਿ ਮੇਰਾ ਸਾਹਿਬਜ਼ਾਦਾ ਆ ਰਿਹਾ ਹੈ। ਸੁਣ ਆਗਵਨ ਆਨੰਦਤ ਹੋਈ, ਜਦੋਂ ਕਿਸੇ ਨੇ ਖਬਰ ਭੇਜੀ ਨਾ ਮਾਤਾ ਜੀ ਸਤਿਗੁਰ ਮਹਾਰਾਜ ਜੀ ਆ ਗਏ ਹਨ,
ਜਦੋਂ ਇਹ ਖਬਰ ਸੁਣੀ ਮਾਤਾ ਗੰਗਾ ਜੀ ਨੇ ਬਹੁਤ ਆਨੰਦਿਤ ਹੋਏ ਹਨ। ਪ੍ਰਿਆ ਪੁੱਤਰਾ ਧਿਰ ਦੁਆਰ ਅਲੋਈ, ਤੇ ਮਾਤਾ ਆਪਣਾ ਪਿਆਰਾ ਸਾਹਿਬਜ਼ਾਦਾ ਵੇਖਣ ਲਈ, ਪਿਆਰਾ ਬੇਟਾ ਵੇਖਣ ਲਈ ਦਰਵਾਜ਼ੇ ਵੱਲ ਆ ਰਹੇ ਹਨ। ਆਗੇ ਗਏ ਦੌੜ ਬਹੁ ਪਾਸ, ਤੇ ਇੱਧਰ ਮਹਾਰਾਜ ਜੀ ਅੱਗੇ ਦੌੜ ਕੇ ਮਾਤਾ ਜੀ ਵੱਲ ਆ ਰਹੇ ਹਨ। ਜਿਨ ਗੁਰ ਦੇਖਿਓ ਘਰੇ ਹੁਲਾਸ, ਗੁਰੂ ਜੀ ਸੰਗਤਾਂ ਵੀ ਦੌੜ ਦੌੜ ਕੇ ਆਲੇ ਦੁਆਲੇ ਆ ਰਹੀਆਂ। ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਸਭ ਨੂੰ ਅੱਜ ਚਾਹ ਚੜ ਗਿਆ ਖਾਲਸਾ ਜੀਓ। ਮਾਤਾ ਜੀ ਆਏ ਗੁਰਪੂਰੇ, ਇੱਕ ਸੇਵਕ ਹੋਰ ਨੇੜੇ ਆ ਗਿਆ, ਕਹਿਣ ਲੱਗਾ ਮਾਤਾ ਜੀ ਪੂਰੇ ਸਤਿਗੁਰ ਮਹਾਰਾਜ ਜੀ ਸਾਹਮਣੇ ਦਰਵਾਜ਼ੇ ਦੇ ਨੇੜੇ ਆ ਗਏ ਹਨ। ਸਭ ਇਨ ਕੀਨਸ ਦਰਸ਼ਨ ਰੂਰੇ, ਐਸੇ ਸੋਹਣੇ ਸੁਣੱਖੇ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਛੈਲ ਛਬੀਲੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਾਰੇ ਗੁਰਸਿੱਖਾਂ ਨੇ। ਇਤਨੇ ਮੈਂ ਸ਼੍ਰੀ ਹਰਗੋਬਿੰਦ, ਇਤਨੀ ਦੇਰ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਪਰੇ ਮਾਤ ਕੇ ਪਦ ਅਰਬਿੰਦ, ਇੱਥੇ ਮਾਤਾ ਉਡੀਕ ਕਰਦੀ ਦਰਵਾਜ਼ੇ ਤੇ ਖੜੀ ਹੋ ਕੇ ਤੇ ਮਹਾਰਾਜ ਅੰਦਰ ਵੜੇ ਹਨ। ਆਂਦੇ ਸਾਰ ਮਹਾਰਾਜ ਜੀ ਨੇ ਧੰਨ ਮਾਤਾ ਗੰਗਾ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਹੈ। ਪਿਖ ਸਪੂਤ ਕੋ ਅੰਕ ਲਗਾਇਓ, ਇਸ ਸਾਹਿਬਜ਼ਾਦੇ ਨੂੰ ਵੇਖ ਕੇ ਮਾਤਾ ਜੀ ਨੇ ਗਲਵਕੜੀ ਪਾ ਲਈ ਹੈ। ਉਰ ਆਨੰਦ ਦ੍ਰਿਗ ਜਲ ਭਰ ਆਇਓ, ਕਿੰਨਾ ਆਨੰਦ ਹੋਵੇਗਾ ਉਸ ਵੇਲੇ ਮਾਤਾ ਗੰਗਾ ਜੀ ਨੂੰ, ਇਹ ਮਾਵਾਂ ਨੂੰ ਹੁੰਦਾ ਹੀ ਹੈ ਨਾ। ਪਰ ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਗੰਗਾ ਜੀ ਆਹਮੋ ਸਾਹਮਣੇ ਦਰਸ਼ਨ ਵੀ ਕਰ ਰਹੇ ਹਨ। ਗਲਵਕੜੀ ਪਾਈ, ਗਲਵਕੜੀ ਫਿਰ ਪਰੇ ਕੀਤੇ, ਫਿਰ ਦਰਸ਼ਨ ਕੀਤੇ ਮਹਾਰਾਜ ਦੇ। ਦਰਸ਼ਨ ਕਰਕੇ ਅੱਖਾਂ ਚੋਂ ਆਨੰਦ ਵਾਲੇ ਹੰਝੂ ਆਉਣ ਲੱਗੇ ਖਾਲਸਾ ਜੀ, ਰੋਮ ਰੋਮ ਖੜਾ ਹੋ ਗਿਆ। ਦੇਖੋ ਕੀ ਹੈ ਖਾਲਸਾ ਜੀ, ਇੱਕ ਤਾਂ ਸਾਹਿਬਜ਼ਾਦਾ ਹੈ, ਦੂਜਾ ਪ੍ਰਤੱਖ ਪਰਮੇਸ਼ਰ ਹੈ। ਜੇ ਕਹਿ ਲਓ ਪਰਮੇਸ਼ਰ ਇਹੀ ਹੈ, ਕੋਈ ਅਤਕਥਰੀ ਨਹੀਂ, ਉਹ ਨਿਰਗੁਣ ਹੈ ਸਰਗੁਣ ਹੈ ਮਹਾਰਾਜ। ਮਾਤਾ ਗੰਗਾ ਜੀ ਦੇ ਰੋਮ ਰੋਮ ਵਿੱਚ ਆਨੰਦ ਦੀ ਲਹਿਰ ਦੌੜ ਪਈ ਤੇ ਅੱਖਾਂ ਚੋਂ ਹੰਝੂ ਆਉਣ ਲੱਗੇ ਹਨ। ਮਸਤਕ ਸੁੰਗਤ ਬਾਰ ਮੁਖ ਹੇਰਤ, ਮਾਤਾ ਬਾਰ ਬਾਰ ਮੱਥਾ ਚੁੰਮਦੀ ਆਪਣੇ ਬੇਟੇ ਦਾ, ਬਾਰ ਬਾਰ ਮੁਖੜਾ ਦੇਖਦੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਰਜ ਚਾਰਤ ਅੰਚਰ ਕੋ ਪ੍ਰੇਰਤ, ਮਾਂ ਹੈ ਨਾ ਤੇ ਮਾਂ ਆਪਣੇ ਪੱਲੂ ਨਾਲ ਮਿੱਟੀ ਛੜਦੀ ਹੈ ਕਿ ਬੇਟਾ ਦੂਰੋਂ ਆਇਆ ਘੋੜੇ ਤੇ ਆਇਆ, ਕਦੀ ਮਾਂ ਇਧਰੋਂ ਮਿੱਟੀ ਝਾੜਦੀ ਹੈ, ਕਦੀ ਪੱਲਾ ਲੈ ਕੇ ਇਧਰੋਂ ਝਾੜਦੀ ਹੈ, ਕਦੀ ਸੀਸ ਤੋਂ ਝਾੜਦੀ ਹੈ, ਕਦੀ ਮਾਂ ਹੱਥਾਂ ਨੂੰ ਪੂੰਝਦੀ ਹੈ। ਇਸ ਤਰ੍ਹਾਂ ਮਹਾਰਾਜ ਦੀ ਸੇਵਾ ਕਰ ਰਹੀ ਹੈ। ਕਰੇ ਪ੍ਰੇਮ ਕੋ ਕਰ ਤਨ ਫੇਰਤ, ਪ੍ਰੇਮ ਨਾਲ ਸਰੀਰ ਤੇ ਹੱਥ ਫੇਰਦੀ, ਕਦੀ ਸੀਸ ਉੱਤੇ, ਕਦੀ ਮੋਢੇ ਤੇ, ਕਦੀ ਗਲਵਕੜੀ ਪਾ ਕੇ ਮਾਂ ਬੜਾ ਪਿਆਰ ਕਰਦੀ ਹੈ। ਮਨੋ ਬਿਰਹਾ ਕੋ ਕਸ਼ਟ ਨਿਬੇਰਤ, ਮਾਂ ਨੂੰ ਮਾਤਾ ਪਿਆਰ ਨਹੀਂ ਕਰ ਰਹੀ, ਆਪਣੀ ਵਿਰਾਗ ਦੀ ਅਵਸਥਾ ਦਾ ਕਸ਼ਟ ਦੂਰ ਕਰ ਰਹੀ ਹੈ। ਜਿਹੜੀ ਬਹੁਤ ਦਿਨ ਦੀ ਪਿਆਸਾ ਦੀ ਦਰਸ਼ਨ ਦੀ ਪਿਆਸ ਸੀ, ਅੰਦਰ ਵਿਰਾਗ ਸੀ, ਅੱਜ ਉਹ ਵਿਰਾਗ ਦਾ ਕਸ਼ਟ ਦੂਰ ਹੋ ਰਿਹਾ ਹੈ। ਕਹੋ ਸੁਤ ਸਕਲ ਕਾਜ ਸਿੱਧ ਕੀਨੇ, ਇਤਨੀ ਦੇਰ ਬਾਅਦ ਮਾਂ ਨੇ ਗੱਲ ਕੀਤੀ। ਦੇਖੋ ਖਾਲਸਾ ਜੀ, ਪਹਿਲਾਂ ਮਾਂ ਦਰਸ਼ਨ ਹੀ ਕਰਦੀ ਰਹੀ, ਅੱਖਾਂ ਚੋਂ ਹੰਝੂ ਹੀ ਆਉਂਦੇ ਰਹੇ, ਸਰੀਰ ਵਿੱਚੋਂ ਤਿਰੰਗਾ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਮਾਤਾ ਜੀ ਦੇ। ਖਾਲਸਾ ਜੀ, ਇਹ ਤਿਰੰਗਾ ਹੁੰਦੀਆਂ ਆਨੰਦ ਦੀਆਂ, ਪ੍ਰੇਮ ਦੀਆਂ, ਇਹਦੇ ਬਾਰੇ ਕੁਛ ਨਹੀਂ ਕਿਹਾ ਜਾਣਾ, ਬਸ ਜਿਹੜਾ ਹਿਰਦੇ ਚ ਆਉਂਦਾ ਹੈ ਉਹ ਜਾਣਦਾ ਹੈ ਕਿਵੇਂ ਰੋਮ ਰੋਮ ਖੜਾ ਹੋ ਜਾਂਦਾ ਹੈ ਖਾਲਸਾ ਜੀ। ਕੁਛ ਚਿਰ ਬਾਅਦ ਪੁੱਛਿਆ ਮਾਤਾ ਜੀ ਨੇ, ਦੱਸ ਬੇਟਾ ਠੀਕ ਹੈ, ਸੁਖ ਸ਼ਾਂਤੀ ਹੈ? ਜਿਸ ਹਿਤ ਇਤੇ ਪੰਥ ਪਗ ਦੀਨੇ, ਬੇਟਾ ਜੀ ਜਿਸ ਵਾਸਤੇ ਆਪ ਜੀ ਇਤਨਾ ਪੈਂਡਾ ਤੈਅ ਕਰਕੇ ਰਹੋ ਕੁਸ਼ਲ
ਦੱਸੋ ਤਨ ਸਭ ਦਿਨ ਮੈਂ। ਦੱਸੋ ਬੇਟਾ ਜੀ ਇਤਨੀ ਦੂਰ ਗਏ ਸੀ ਨਾਨਕ ਮਤਾ ਸਾਹਿਬ, ਤੁਹਾਡਾ ਸਰੀਰ ਠੀਕ ਸੀ? ਕੋਈ ਮੁਸੀਬਤ ਤਾਂ ਨਹੀਂ ਆਈ? ਕੋਈ ਦੁੱਖ ਤਾਂ ਨਹੀਂ ਆਇਆ? ਤੁਹਾਡਾ ਸਰੀਰ ਬਿਲਕੁਲ ਨਵਾਂ ਨਰਵਾ ਰਿਹਾ ਹੈ? ਜਾਂ ਕੋਈ ਦੁੱਖ ਆਇਆ ਸੀ? ਵਧਿਓ ਕੇ ਨਹੀਂ ਪ੍ਰਮੋਦ ਜੇ ਮਨ ਮੇ। ਦੱਸੋ ਤਾਂ ਸਹੀ ਬੇਟਾ, ਜਿਹੜੇ ਅੱਗੇ ਰੱਬ ਦੇ ਪਿਆਰੇ ਹਨ ਉਹਨਾਂ ਦੇ ਮਨ ਵਿੱਚ ਪ੍ਰੇਮ ਵਧਿਆ ਕੇ ਨਹੀਂ ਵਧਿਆ? ਉਹ ਬਾਬਾ ਅਲਮਸਤ ਜੀ ਵਰਗੇ ਗੁਰੂ ਕੇ ਪਿਆਰੇ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋਏ ਕੇ ਨਹੀਂ ਹੋਏ? ਸੁਣ ਸਤ ਗੁਰ ਨੇ ਸਕਲ ਸੁਣਾਏ। ਮਾਤਾ ਜੀ ਤੋਂ ਇਹ ਗੱਲ ਸੁਣ ਕੇ ਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਾਰੀ ਗੱਲ ਖੋਲ ਕੇ ਇਸ ਤਰ੍ਹਾਂ ਦੱਸੀ ਹੈ। ਜੋ ਪ੍ਰਸੰਗ ਸ਼੍ਰੀ ਨਾਨਕ ਥਾਏ। ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਪਾਵਨ ਅਸਥਾਨ ਹੈ ਨਾਨਕ ਮਤਾ ਸਾਹਿਬ, ਉਹਦਾ ਸਾਰਾ ਪ੍ਰਸੰਗ ਖੋਲ ਕੇ ਦੱਸਿਆ। ਮਾਤਾ ਉੱਥੇ ਐਵੇਂ ਐਵੇਂ ਉਹ ਸਿੱਧ ਨਾਥ ਜੋਗੀ ਬੜੇ ਅੜੇ ਸਨ, ਪਰ ਗੁਰੂ ਨਾਨਕ ਮਹਾਰਾਜ ਦੀ ਬਖਸ਼ਿਸ਼ ਹੋਈ। ਜਿਸ ਕਾ ਕਾਰਜ ਤਿੰਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਗੁਰੂ ਨਾਨਕ ਮਹਾਰਾਜ ਕੇ ਕੋਈ ਅੜਿਆ ਨਹੀਂ, ਕਿਉਂਕਿ ਬਚਨ ਹੈ ਮਹਾਰਾਜ ਦਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਮਹਾਰਾਜ ਸਭ ਤੋਂ ਵੱਡੇ ਹਨ, ਭਾਵੇਂ ਸਿੱਧ ਜੋਗੀ ਬੜੀਆਂ ਕਰਾਮਾਤਾਂ ਵਾਲੇ ਹਨ, ਪਰ ਇੱਧਰ ਤਾਂ ਸ਼ਬਦ ਦੀ ਕਲਾ ਹੈ, ਇੱਧਰ ਕਰਾਮਾਤ ਨਹੀਂ ਕਲਾ ਹੈ ਖਾਸ। ਉੱਧਰ ਕਰਾਮਾਤ ਆਪਣੀ ਹੋਮੈ ਲਈ ਹੈ, ਇੱਧਰ ਕਿਸੇ ਨੂੰ ਸੁਧਾਰਨ ਲਈ ਇਹ ਕਲਾ ਹੁੰਦੀ ਹੈ। ਗੁਰੂ ਨਾਨਕ ਮਹਾਰਾਜ ਦੀ ਐਸੀ ਕਲਾ ਵਰਤੀ, ਜਿਹੜਾ ਅੜਿਆ ਸੋ ਝੜ ਗਿਆ, ਸਭ ਸਿੱਧ ਸਿੱਧੇ ਰਸਤੇ ਤੇ ਪੈ ਗਏ ਹਨ। ਕਿਤਕ ਸਮੇਂ ਤੈਂ ਬੈਠੇ ਰਹੇ। ਹੇ ਮਾਤਾ ਜੀ, ਅਸੀਂ ਕੁਛ ਸਮਾਂ ਉੱਥੇ ਹੀ ਰਹੇ ਸੀ, ਹੁਣ ਇਕੰਤ ਹੋਵਨ ਕੋ ਚਾਏ। ਇਸ ਤਰ੍ਹਾਂ ਮਹਾਰਾਜ ਜੀ ਵੀ ਫਿਰ ਇਕਾਂਤ ਵੱਲ ਆਉਣ ਲੱਗੇ। ਕੁਛ ਸਮਾਂ ਮਾਤਾ ਜੀ ਨਾਲ ਗੱਲਾਂ ਬਾਤਾਂ ਕਰਕੇ ਨਾ ਇੱਧਰ ਵੀ, ਤੇ ਮਹਾਰਾਜ ਜੀ ਫਿਰ ਇਕਾਂਤ ਵੱਲ ਜਾਣ ਲੱਗੇ। ਉੱਠੇ ਗੁਰੂ ਲਖ ਸਾਈ ਦਾਸ। ਤੇ ਸਾਈ ਦਾਸ ਦਾ ਪ੍ਰੇਮ ਜਾਣ ਕੇ ਮਹਾਰਾਜ ਜੀ ਫਿਰ ਇਕਾਂਤ ਅਸਥਾਨ ਵੱਲ ਜਾਣ ਲਈ ਉੱਠੇ ਹਨ। ਬੋਲੇ ਉਹ ਹੱਥ ਜੋੜ ਹੋਏ ਪਾਸ। ਹੱਥ ਜੋੜ ਕੇ ਭਾਈ ਸਾਈ ਦਾਸ ਨੇ ਇਸ ਤਰ੍ਹਾਂ ਬੇਨਤੀ ਕੀਤੀ ਹੈ। ਮੰਦਰ ਸੁੰਦਰ ਜਹਾਂ ਸੁਧਾਰਿਓ। ਤੁਸੀਂ ਬਾਹਰ ਨਾ ਬੈਠੋ, ਹੁਣ ਇਕਾਂਤ ਵਿੱਚ ਅੰਦਰ ਚਲੋ। ਮਹਾਰਾਜ ਜੀ ਤੁਹਾਡੇ ਲਈ ਬੜਾ ਸੋਹਣਾ ਮੰਦਰ ਬਣਿਆ ਹੈ, ਸੋਹਣਾ ਮਹਿਲ ਬਣਿਆ ਮਹਾਰਾਜ। ਇਹ ਕੋਈ ਝੁੱਗੀ ਨਹੀਂ, ਇਹਨੂੰ ਮਹਿਲ ਕਹਿਣਾ ਹੈ ਖਾਲਸੇ ਨੇ। ਖਾਲਸੇ ਦਾ ਬੋਲਾ ਹੈ ਜੀ ਇਹ ਝੁੱਗੀ ਆਦਿਕ ਨਹੀਂ ਪਾਈ, ਇੱਕ ਆਲੀਸ਼ਾਨ ਮਹਿਲ ਹੈ ਮਹਾਰਾਜ ਜੀ ਤੁਹਾਡੇ ਲਈ ਬਣੇ ਹਨ। ਚਲੋ ਮਹਾਰਾਜ ਅੰਦਰ ਚਰਨ ਪਾਓ। ਤੁਮੇ ਬਸਾਵਨ ਕੋ ਪ੍ਰਣ ਧਰਿਓ। ਮਹਾਰਾਜ ਜੀ ਮੇਰੇ ਮਨ ਦਾ ਇਹ ਪ੍ਰਣ ਸੀ, ਤਮੰਨਾ ਸੀ ਕਿ ਜਦੋਂ ਮਹਾਰਾਜ ਆਣਗੇ ਇੱਥੇ ਆਪਣੇ ਚਰਨ ਜ਼ਰੂਰ ਪਾਣਗੇ, ਤਾਂ ਅਸੀਂ ਅੰਦਰ ਆਪਣਾ ਸਮਾਨ ਰੱਖਾਂਗੇ। ਸਮਾਨ ਦੇ ਰੱਖਿਆ, ਦੇਖ ਲਓ ਮਹਾਰਾਜ ਤੁਹਾਡਾ ਹੀ ਸਮਾਨ ਪਿਆ ਸਾਰਾ, ਆਪਣਾ ਸਮਾਨ ਕੋਈ ਨਹੀਂ ਰੱਖਿਆ ਮਹਾਰਾਜ, ਸਾਡਾ ਚੁੱਲ੍ਹਾ ਜੇ ਬਾਹਰ ਹੀ ਹੈ ਸਤਿਗੁਰ ਜੀ। ਸਤਿਗੁਰੂ ਜੀ ਸਾਡੇ ਮਨ ਦਾ ਪ੍ਰਣ ਸੀ ਕਿ ਜੇ ਮਹਾਰਾਜ ਜੀ ਆਉਣਗੇ ਆਪਣੇ ਚਰਨ ਪਾਣਗੇ ਤਾਂ ਅਸੀਂ ਇੱਥੇ ਵਾਸਾ ਕਰਾਂਗੇ। ਤਾਂ ਚਲੋ ਕੀ ਜੇ ਬਿਸਰਾਮੋ। ਉੱਥੇ ਜਾ ਕੇ ਮਹਾਰਾਜ ਜੀ ਤੁਸੀਂ ਥੋੜਾ ਜਿਹਾ ਆਰਾਮ ਕਰੋ, ਮਹਿਲ ਵਿੱਚ ਚਰਨ ਪਾਓ ਜੀ। ਕਰੋ ਸਫਲ ਪਾਵਨ ਸ਼ੁਭ ਧਾਮੋ। ਸਤਿਗੁਰੂ ਜੀ ਉੱਥੇ ਚਰਨ ਪਾ ਕੇ ਉਸ ਅਸਥਾਨ ਉਸ ਮਹਿਲ ਨੂੰ ਪਾਵਨ ਕਰੋ ਜੀ। ਇਮ ਕਹਿ ਆਪ ਸੰਗ ਲੈ ਚੱਲਿਓ। ਇਹ ਕਹਿ ਕੇ ਭਾਈ ਸਾਈ ਦਾਸ ਨੇ ਮਹਾਰਾਜ ਦੀ ਬਾਹ ਫੜ ਲਈ। ਦੇਖੋ ਨਾ ਲੈ ਕੇ ਮਹਾਰਾਜ ਜੀ ਨੂੰ ਆਪਣੇ ਮਹਿਲ ਵੱਲ ਜਾ ਰਿਹਾ ਹੈ। ਪੂਜੀ ਕੁਸ਼ਲ ਆਨ ਜੋ ਮਿਲਿਓ। ਜਿਹੜੇ ਜਿਹੜੇ ਅੱਗੇ ਆ ਕੇ ਮਿਲ ਰਹੇ ਮਹਾਰਾਜ ਜੀ ਨੂੰ, ਅਨੇਕਾਂ ਸੰਗਤਾਂ ਆ ਰਹੀਆਂ, ਪਰਿਵਾਰ ਦੇ ਪਿਆਰੇ ਹਨ, ਹੋਰ ਗੁਰੂ ਕੇ ਪਿਆਰੇ ਹਨ, ਜਿਹੜੇ ਜਿਹੜੇ ਅੱਗੇ ਆ ਕੇ ਮਿਲ ਰਹੇ ਹਨ ਸਭ ਦਾ ਹਾਲ ਚਾਲ ਮਹਾਰਾਜ ਜੀ ਪੁੱਛ ਰਹੇ ਹਨ। ਸੁੰਦਰ ਸਰਬ ਸੇਜ ਮ੍ਰਿਦ ਕਰੀ। ਬਹੁਤ ਸੁੰਦਰ ਸੇਜਾ ਹੈ ਮਹਾਰਾਜ ਜੀ ਲਈ, ਬਹੁਤ ਸੋਹਣੀ ਵਿਛਾਈ ਕੀਤੀ ਹੋਈ ਹੈ। ਰਾਮੋ ਤਾਂ ਪ੍ਰਤੀਖਤ ਥਿਰੀ। ਅੰਦਰ ਉਸ ਸੇਜਾ ਦੇ ਨੇੜੇ
ਬੀਬੀ ਰਾਮੋ ਜੀ ਉਡੀਕ ਕਰ ਰਹੇ ਸਨ ਮਹਾਰਾਜ ਜੀ ਦੀ। ਪ੍ਰਭ ਛੇ ਦੁਆਰ ਦੌਰ ਕਰ ਆਈ। ਜਦੋਂ ਮਹਾਰਾਜ ਉਸ ਮੰਦਿਰ ਦੇ ਅੰਦਰ ਵੜੇ, ਮੰਦਿਰ ਕਹਿੰਦੇ ਮਹਿਲ ਨੂੰ, ਘਰ ਨੂੰ, ਮਹਿਲ ਦੇ ਅੰਦਰ ਵੜੇ ਮਹਾਰਾਜ ਜੀ ਤੇ ਮਾਤਾ ਰਾਮੋ ਜੀ, ਦਮੋਦਰੀ ਜੀ ਦੇ ਖਾਲਸਾ ਜੋ ਵੱਡੇ ਭੈਣ ਸਨ, ਅਸੀਂ ਮਾਤਾ ਹੀ ਕਹਿਣਾ ਨਾ, ਤਨ ਉਹ ਮਾਤਾ ਰਾਮੋ ਜੀ ਆ ਕੇ ਅੱਗੇ ਮਿਲੇ ਹਨ। ਕੋਮਲ ਪਗ ਪੰਕਜ ਲਪਟਾਈ। ਖਾਲਸਾ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਕੋਮਲ ਚਰਨ ਹਨ, ਉਹਨਾਂ ਦੇ ਚਰਨ ਕਮਲਾ ਉੱਤੇ ਮਾਤਾ ਰਾਮੋ ਜੀ ਨੇ ਆ ਕੇ ਮੱਥਾ ਟੇਕਿਆ ਹੈ। ਕਰੀ ਆਜ ਕੀ ਸ਼ੁਭ ਮੈਂ ਧੰਨ, ਜਿਸ ਪਰ ਸਤ ਗੁਰ ਪਏ ਪਰਸੰਨ। ਰਾਮੋ ਜੀ ਕਹਿਣ ਲੱਗੇ, ਮਹਾਰਾਜ ਅੱਜ ਦੀ ਘੜੀ ਧੰਨ ਹੈ, ਧੰਨ ਹੈ ਮਹਾਰਾਜ ਅੱਜ ਦਾ ਇਹ ਸਮਾਂ, ਜਿਸ ਵੇਲੇ ਮਹਾਰਾਜ ਜੀ ਆਪਣੇ ਚਰਨ ਪਾਏ ਇਸ ਮਹਿਲ ਵਿੱਚ, ਦਰਸ਼ਨ ਦੇ ਰਹੇ ਹੋ ਮਹਾਰਾਜ ਜੀ, ਇਹ ਘੜੀ ਧੰਨ ਹੈ, ਤੁਹਾਡੇ ਚਰਨ ਛੂਹ ਰਹੀਆਂ ਮਹਾਰਾਜ, ਮੱਥਾ ਟੇਕ ਰਹੀਆਂ ਸਤਿਗੁਰ ਜੀ, ਇਹ ਘੜੀ ਧੰਨ ਹੈ, ਧੰਨ ਹੈ। ਸਦਨ ਆਨ ਕੈ ਚਰਨ ਦਿਖਾਏ, ਆਪਣੇ ਜਨ ਜਾਨੇ ਮਨ ਪਾਏ। ਮਹਾਰਾਜ ਜੀ ਅਸੀਂ ਧੰਨ ਹੋ ਗਏ ਆ, ਧੰਨ ਹੋ ਗਏ ਆ, ਤੁਸੀਂ ਆਪਣੇ ਪਿਆਰੇ ਸਾਨੂੰ ਜਾਣ ਕੇ, ਆਪਣੇ ਦਾਸ ਜਾਣ ਕੇ ਮਹਾਰਾਜ ਇੱਥੇ ਚਰਨ ਪਾਏ ਇਸ ਕੁਟੀਆ ਵਿੱਚ। ਇਹ ਕੁਟੀਆ ਨਹੀਂ, ਅੱਜ ਤੋਂ ਮਹਿਲ, ਮਹਾਰਾਜ ਜੀ ਮਹਿਲ ਬਣ ਗਿਆ ਹੈ, ਅੱਜ ਗੁਰੂ ਖਾਲਸਾ ਜੀ ਮਹਿਲ ਹੈ, ਪਾਵਨ ਸਥਾਨ ਹੈ ਗੁਰੂ ਦਾ। ਮਹਾਰਾਜ ਜੀ ਸਾਨੂੰ ਦਰਸ਼ਨ ਕਰਕੇ ਤੁਸੀਂ ਨਿਹਾਲ ਕੀਤਾ ਹੈ ਤੇ ਅਸੀਂ ਧੰਨ ਹੋ ਗਏ ਹਾਂ, ਧੰਨ ਹੋ ਗਏ ਹਾਂ। ਕਹੋ ਰਾਮੋ ਤੂੰ ਹੈ ਸੁਖ ਸਾਥ। ਸਤਿਗੁਰੂ ਜੀ ਕਹਿਣਗੇ, ਰਾਮੋ ਜੀ ਠੀਕ ਠਾਕ ਹੋ, ਸੁਖ ਸ਼ਾਂਤੀ ਹੈ, ਕੋਈ ਦੁੱਖ ਤਾਂ ਨਹੀਂ। ਪ੍ਰੇਮੀ ਭਗਤ ਸਿੱਖ ਤੋਂ ਨਾਥ। ਤੁਹਾਡੇ ਜਿਹੜੇ ਨਾਥ ਭਾਈ ਸਾਈ ਦਾਸ ਸਾਡੇ ਪ੍ਰੇਮੀ ਹਨ, ਰੱਬ ਦੇ ਪਿਆਰੇ ਹਨ, ਉਹ ਅਸਲ ਭਗਤ ਹਨ। ਪ੍ਰੀਤ ਦਾਮ ਤੇ ਐਂਚ ਮੰਗਾਏ। ਪਤਾ ਨੀ ਕਿਹੜੀ ਰੱਸੀ ਸਾਨੂੰ ਪਾਈ ਉਹਨਾਂ ਨੇ, ਇਤਨੀ ਦੂਰ ਤੋਂ ਖਿੱਚ ਲਿਆ, ਦੇਖੋ ਕਿੱਥੇ ਅੰਮ੍ਰਿਤਸਰ ਸਾਹਿਬ ਤੇ ਕਿੱਥੇ ਡਰੋਲੀ ਖਾਲਸਾ ਜੀ। ਫਿਰ ਮਹਾਰਾਜ ਉਧਰ ਵੀ ਗਏ, ਉਧਰ ਵੀ ਖਿੱਚ ਲਿਆ ਮਹਾਰਾਜ, ਕਿੱਥੇ ਨਾਨਕ ਬੱਤਾ ਸਾਹਿਬ ਸਾਨੂੰ ਖਿੱਚਦੇ ਰਹੇ, ਮਹਾਰਾਜ ਛੇਤੀ ਆ ਜਾਓ, ਛੇਤੀ ਆ ਜਾਓ। ਇਹ ਪ੍ਰੇਮ ਦੀਆਂ ਡੋਰੀਆਂ ਸਨ। ਬੀਬੀ ਰਾਮੋ ਜੀ ਤੁਸੀਂ ਧੰਨ ਹੋ, ਤੁਹਾਡੇ ਪਤੀ ਵੀ ਧੰਨ ਹਨ, ਉਹਨਾਂ ਦੇ ਹਿਰਦੇ ਦਾ ਪ੍ਰੇਮ ਐਸੀ, ਉਹ ਦਾਮ ਸੀ, ਰੱਸੀ ਸੀ, ਸਾਨੂੰ ਖਿੱਚ ਕੇ ਇੱਥੇ ਆਪੇ ਲਿਆਏ। ਕੇਵਲ ਇਸ ਘਰ ਕੇ ਹਿੱਤ ਆਏ। ਅਸੀਂ ਕੇਵਲ ਇਸ ਘਰ ਲਈ ਆਏ ਹਾਂ, ਇੱਥੇ ਤੁਹਾਡਾ ਪ੍ਰੇਮ ਸਾਨੂੰ ਖਿੱਚ ਕੇ ਲਿਆਇਆ, ਬਸ ਆਉਣਾ ਨਹੀਂ ਸੀ ਇੱਧਰ, ਪਤਾ ਨਹੀਂ ਕੀ ਬਹਾਨਾ ਬਣਿਆ, ਬਹਾਨਾ ਤੇ ਇਹੀ ਬਣਿਆ ਹੈ, ਤੁਹਾਡਾ ਪ੍ਰੇਮ ਸਾਨੂੰ ਖਿੱਚ ਕੇ ਇੱਥੇ ਲਿਆਇਆ ਹੈ। ਇਮ ਬੋਲਤ ਸੁਪ੍ਰਿਯੰਕ ਬਿਰਾਜੇ। ਮਹਾਰਾਜ ਜੀ ਗੱਲਾਂ ਬਾਤਾਂ ਕਰਦੇ ਕਰਦੇ ਉਸ ਆਸਨ ਤੇ ਪਲੰਘ ਉੱਤੇ ਆਪ ਬਿਰਾਜਮਾਨ ਹੋਏ ਹਨ। ਜਿਸ ਕੇ ਸਿਮਰਨ ਤੇ ਅਗ ਪਾਜੇ। ਜਿਨ੍ਹਾਂ ਦੇ ਸਿਮਰਨ ਕਰਨ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਯਾਦ ਕਰਨ ਨਾਲ ਖਾਲਸਾ ਜੀਓ ਸਾਰੇ ਪਾਪ ਸਭ ਦੁੱਖ ਖਤਮ ਹੋ ਜਾਂਦੇ ਹਨ। ਤਬ ਰਾਮੋ ਪਿਖ ਤੂਰਨ ਤਰਨੀ। ਜਦੋਂ ਰਾਮੋ ਜੀ ਨੇ ਵੇਖਿਆ ਕਿ ਮਹਾਰਾਜ ਹੁਣ ਆਪਣੇ ਆਸਨ ਤੇ ਬਿਰਾਜਮਾਨ ਬੈਠ ਗਏ ਹਨ, ਤੇ ਫਿਰ ਮਾਤਾ ਰਾਮੋ ਜੀ ਦੌੜ ਕੇ ਅੰਦਰ ਦੂਜੇ ਕਮਰੇ ਵੱਲ ਗਏ ਹਨ। ਲੈ ਕਰ ਸੰਗ ਆਈ ਗੁਰ ਕਰਨੀ। ਮਹਾਰਾਜ ਦੇ ਦੋ ਮਹਿਲ ਹਨ, ਮਾਤਾ ਦਮੋਦਰੀ ਜੀ ਤੇ ਮਾਤਾ ਨਾਨਕੀ ਜੀ ਨੂੰ ਨਾਲ ਲੈ ਕੇ ਮਾਤਾ ਰਾਮੋ ਜੀ ਨੇੜੇ ਆਏ ਹਨ। ਦੋਨੋ ਹੱਥ ਜੋੜ ਕਰ ਬੰਦਤ। ਗੁਰੂ ਕੇ ਮਹਿਲ ਮਾਤਾ ਦਮੋਦਰੀ ਜੀ ਨੇ ਅਤੇ ਮਾਤਾ ਨਾਨਕੀ ਜੀ ਨੇ ਦੋਵੇਂ ਹੱਥ ਜੋੜ ਕੇ ਗੁਰੂ ਚਰਨਾਂ 'ਚ ਮੱਥਾ ਟੇਕਿਆ ਹੈ। ਪਤੀ ਕੋ ਦਰਸ਼ਨ ਕਰ ਅਭਿਨੰਦਤ। ਆਪਣੇ ਪਤੀ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ
ਬਹੁਤ ਆਨੰਦਿਤ ਹੋਏ ਹਨ। ਕੁਸ਼ਲ ਬੂਝ ਕਰ ਧੀਰਜ ਦੀਨ, ਦੋਵਾਂ ਦਾ ਹਾਲ ਚਾਲ ਪੁੱਛਿਆ ਮਹਾਰਾਜ ਜੀ ਨੇ, ਦੋਵਾਂ ਨੂੰ ਹੌਸਲਾ ਦਿੱਤਾ ਹੈ। ਹੁਣ ਆਹਾਰ ਕੀ ਤਿਆਰੀ ਕੀਨ, ਫਿਰ ਇਹਨਾਂ ਦੋਵੇਂ ਪਤੀ ਪਤਨੀ ਨੇ, ਭਾਈ ਸਾਈ ਦਾਸ ਨੇ ਤੇ ਬੀਬੀ ਰਾਮੋ ਜੀ ਨੇ ਲੰਗਰ ਦੀ ਤਿਆਰੀ ਕੀਤੀ ਹੈ। ਅਨੇਕ ਪ੍ਰਕਾਰ ਮਧੁਰ ਕਰ ਤਰੇ, ਅਨੇਕ ਤਰ੍ਹਾਂ ਦੇ ਮਧੁਰ ਮਧੁਰ ਪ੍ਰਸ਼ਾਦ ਤਿਆਰ ਕੀਤੇ। ਸਬਜ਼ਾ ਭਾਜਾ ਦਾਲਾਂ ਵੀ ਤਿਆਰ ਹੈ, ਸਲਾਦ ਵੀ ਤਿਆਰ ਹੈ, ਬਹੁਤ ਕੁਝ ਤਿਆਰ ਕੀਤਾ ਮਹਾਰਾਜ ਜੀ ਲਈ। ਤੁਰਸ਼ ਸਲਵਣ ਸਵਾਦ ਸੋ ਪਰੇ, ਸਲਵਣ ਲੂਣ ਵਾਲੇ ਵੀ, ਥੋੜੇ ਪਕੌੜੇ ਆਦਿ ਵੀ ਰੱਖੇ ਮਹਾਰਾਜ, ਇਹ ਵੀ ਛਕ ਲੋ। ਮਿੱਠਾ ਵੀ ਹੈ ਮਹਾਰਾਜ, ਇਹ ਵੀ ਛਕ ਲੋ। ਨਮਕੀਨ ਵੀ ਛਕਾਇਆ, ਸਭ ਕੁਛ ਮਹਾਰਾਜ ਨੂੰ ਵੱਖ ਵੱਖ ਤਰ੍ਹਾਂ ਦੇ ਭੋਜਨ ਛਕਾਏ ਹਨ। ਰਾਮੋ ਨਿਜ ਕਰ ਸੋ ਗੁਰ ਕਾਰਨ, ਰਾਮੋ ਨਿਜ ਕਰ ਸੋ, ਬੀਬੀ ਰਾਮੋ ਜੀ ਨੇ ਆਪਣੇ ਹੱਥੀ ਖਾਲਸਾ ਜੀਓ ਇਹ ਸਭ ਲੰਗਰ ਤਿਆਰ ਕੀਤਾ ਤੇ ਆਪ ਹੀ ਵਰਤਾ ਰਹੇ ਹਨ। ਭਾਂਤ ਭਾਂਤ ਕੇ ਰਚੇ ਆਹਾਰਨ, ਭਾਂਤ ਭਾਂਤ ਤੇ ਜਿਹੜੇ ਭੋਜਨ ਪ੍ਰਸ਼ਾਦੇ ਤਿਆਰ ਕੀਤੇ ਹਨ। ਹਾਰ ਪਰੋਸੇ ਉਹ ਪ੍ਰੇਮ ਸੋ ਕਰ ਕਰ, ਪ੍ਰੇਮ ਨਾਲ ਉਹ ਥਾਲ ਪਰੋਸਿਆ ਜਾ ਰਿਹਾ ਖਾਲਸਾ ਜੀ। ਐਵੇਂ ਨਹੀਂ, ਉਹ ਪ੍ਰਸ਼ਾਦਾ ਨਹੀਂ ਸੀ ਮਹਾਰਾਜ, ਭੁੱਖੇ ਥੋੜੀ ਪ੍ਰਸ਼ਾਦੇ ਦੇ, ਪ੍ਰੇਮ ਦੇ ਭੁੱਖੇ ਹਨ। ਗੋਬਿੰਦ ਭਾਓ ਭਗਤ ਕਾ ਭੁੱਖਾ, ਪ੍ਰੇਮ ਨਾਲ ਮਾਤਾ ਰਾਮੋ ਜੀ, ਬੀਬੀ ਰਾਮੋ ਜੀ ਕਹਿ ਸਕਦੇ ਹੋ ਆਪ ਜੀ ਸਾਰੇ, ਬੀਬੀ ਰਾਮੋ ਜੀ ਉਹ ਥਾਲ ਪਰੋਸ ਰਹੇ ਹਨ। ਪ੍ਰਿਥਕ ਪ੍ਰਿਥਕ ਸਭ ਰਸ ਕੋ ਤਰ ਤਰ, ਵੱਖਰੇ ਵੱਖਰੇ ਪਹਿਲਾਂ ਥਾਲ ਨੂੰ ਚੰਗੀ ਤਰ੍ਹਾਂ ਪੂੰਝਿਆ ਮਰਿਆਦਾ ਖਾਲਸਾ ਜੀ, ਪਹਿਲਾਂ ਹੱਥ ਧਵਾਉਣਾ ਹੈ, ਥਾਲ ਨੂੰ ਪੂੰਝ ਕੇ ਉਸ ਵਿੱਚ ਜੋ ਪੁੱਛ ਪੁੱਛ ਕੇ, ਮਹਾਰਾਜ ਇਹ ਪਾ ਦਾ, ਥੋੜਾ ਪਾ ਦੇਣਾ, ਜ਼ਿਆਦਾ ਨਾ ਪਾਉਣਾ, ਇਹ ਵੀ ਪਾ ਦਾ ਪਾ ਦਿਓ ਜੀ, ਇਹ ਵੀ ਪਾ ਦਾ ਪਾ ਦਿਓ ਜੀ, ਪੁੱਛ ਪੁੱਛ ਕੇ ਮਾਤਾ ਰਾਮੋ ਜੀ ਉਹ ਸਾਰਾ ਸਮਾਨ ਪਾ ਰਹੇ ਹਨ। ਲੈ ਕਰ ਗਈ ਆਪ ਹਰ ਖੰਤੀ, ਆਪ ਬਹੁਤ ਖੁਸ਼ ਹੋ ਕੇ ਇਹ ਸਾਰਾ ਪ੍ਰਸ਼ਾਦਾ ਆਪ ਚਕਾ ਰਹੀ ਹੈ। ਆਪਣਾ ਸਰੀਰ ਅਮੋਗ ਕਰੰਤੀ, ਆਪਣਾ ਜਿਹੜਾ ਸਰੀਰ ਹੈ ਅੱਜ ਉਹ ਆਨੰਦਿਤ ਹੋ ਰਿਹਾ ਮਾਤਾ ਰਾਮੋ ਜੀ ਦਾ। ਸਾਈ ਦਾਸ ਸੰਗ ਜੈ ਸਾਈ, ਜਿਹੜਾ ਸਾਈ ਭਾਈ ਸਾਈ ਦਾਸ ਉਹ ਨਾਲ ਹੈ। ਜਲ ਸੀਤਲ ਨਿਜ ਹੱਥ ਉਚਾਈ, ਠੰਡਾ ਜਲ ਆਪਣੇ ਹੱਥ ਵਿੱਚ ਫੜ ਕੇ ਭਾਈ ਸਾਈ ਦਾਸ ਜੀ ਨੇ, ਆਨ ਥਾਰ ਕੋ ਧਰਿਓ ਅਗਾਰੀ, ਜਦੋਂ ਸਾਰਾ ਪ੍ਰਸ਼ਾਦਾ ਤਿਆਰ ਨੇੜੇ ਉਹ ਕਰ ਲਿਆ ਨਾ, ਫਿਰ ਮਹਾਰਾਜ ਦੇ ਹੱਥ ਵਾਏ, ਪਹਿਲਾਂ ਹੱਥ ਵਾ ਕੇ ਉਹ ਜਿਹੜਾ ਥਾਲ ਹੈ ਉਹਨੂੰ ਪੂੰਝ ਕੇ ਮਹਾਰਾਜ ਦੇ ਅੱਗੇ ਰੱਖਿਆ ਹੈ। ਬਿਕਤ ਨ ਤ੍ਰਿਪਤੈ ਪ੍ਰੀਤ ਉਦਾਰੀ, ਇਤਨੀ ਪ੍ਰੀਤ ਹੈ ਇਹਨਾਂ ਦੇ ਮਨ ਵਿੱਚ, ਸਾਹਮਣੇ ਦਰਸ਼ਨ ਕਰੀ ਜਾ ਰਹੇ ਹਨ, ਇੱਧਰ ਸੇਵਾ ਕਰੀ ਜਾ ਰਹੇ ਹਨ, ਤੇ ਦਰਸ਼ਨ ਕਰ ਕਰਕੇ ਪ੍ਰੇਮ ਕਰਕੇ ਰੱਜ ਨਹੀਂ ਰਹੇ। ਪਤੀ ਬਿਜਨਾ ਗੈ ਹਾਂਕਤ ਬਾਯੂ, ਧੰਨ ਭਾਈ ਸਾਈ ਦਾਸ ਜੀ ਹੱਥ ਵਿੱਚ ਉਹ ਪੱਖਾ ਫੜ ਕੇ ਨਾ, ਪੱਖਾ ਚੱਲ ਰਿਹਾ, ਗਰਮੀ ਦਾ ਸਮਾਂ ਕਿ ਮਹਾਰਾਜ ਜੀ ਨੂੰ ਕੋਲ ਗਰਮੀ ਨਾ ਲੱਗੇ, ਮੱਖੀਆਂ ਆਦਿ ਨਾ ਆਣ, ਤੇ ਇਸ ਤਰ੍ਹਾਂ ਪੱਖਾ ਚੱਲ ਰਹੇ ਹਨ। ਮੰਦ ਮੰਦ ਗੁਰ ਦੇਹ ਲਗਾਯੂ, ਖਾਸੇ ਮੰਦ ਮੰਦ ਉਹ ਹਵਾ ਆ ਰਹੀ ਹੈ, ਬਹੁਤ ਤੇਜ਼ ਵੀ ਨਹੀਂ ਆ ਰਹੀ, ਕਈ ਵਾਰੀ ਪੱਕ ਕੱਪੜੇ ਉੱਡ ਜਾਂਦੇ ਖਾਲਸਾ ਜੀ, ਨਾ ਕੱਪੜੇ ਵੀ ਠੀਕ ਠਾਕ ਰਹਿਣ, ਮੰਦ ਮੰਦ ਸਹਿਜ ਸਹਿਜ ਉਹ ਹਵਾ ਮਹਾਰਾਜ ਜੀ ਵੱਲ ਆ ਰਹੀ ਹੈ। ਤ੍ਰਿਆ ਹੱਥ ਮੈਂ ਧਰੇ ਰੁਮਾਲ, ਤੇ ਮਾਤਾ ਰਾਮੋ ਜੀ ਆਪਣੇ ਹੱਥ ਵਿੱਚ ਰੁਮਾਲ ਫੜ ਕੇ, ਫੇਰ ਥਾਰ ਪਰ ਥਿਰ ਤਿਸ ਕਾਲ, ਥਾਲ ਵੇਖਿਆ ਕੋਈ ਥਾਲ ਗਿੱਲਾ ਹੋਵੇ ਜਾਂ ਗੰਦਾ ਹੋਵੇ ਉਹਨੂੰ ਚੰਗੀ ਤਰ੍ਹਾਂ ਮਾਂਜਿਆ ਜਾਂਦਾ ਹੈ, ਫਿਰ ਪੂੰਝਿਆ ਜਾਂਦਾ ਹੈ, ਥਾਲ ਨੂੰ ਪੂੰਝ ਪੂੰਝ ਕੇ ਇਸ ਤਰ੍ਹਾਂ ਸਾਰੀ ਸੇਵਾ ਕਰ ਰਹੇ ਹਨ। ਇਮ ਦੰਪਤ ਔਰ ਪਾਓ ਸੋ ਤਰ ਤਰ, ਦੋਵੇਂ ਪਤੀ ਪਤਨੀ ਇਹ ਦੰਪਤੀ ਬੜਾ ਪ੍ਰੇਮ ਕਰਕੇ ਲੰਗਰ ਛਕਾ ਰਹੇ ਹਨ। ਅਜਵਾਵਤ ਭੋਜਨ ਹਿਤ ਕਰ ਕਰ, ਬੜੇ ਪ੍ਰੇਮ ਨਾਲ ਮਹਾਰਾਜ ਜੀ ਇੱਕ ਪ੍ਰਸ਼ਾਦਾ ਹੋਰ ਲੈ ਲੋ, ਥੋੜੀ ਖੀਰ ਮਹਾਰਾਜ ਜੀ ਹੋਰ, ਥੋੜੀ ਸੇਮੀਆਂ ਵੀ ਹੋਰ ਲੈ ਲੋ ਮਹਾਰਾਜ, ਇਸ ਤਰ੍ਹਾਂ ਬੜੇ ਪ੍ਰੇਮ ਨਾਲ ਮਾਰ, ਥੋੜਾ ਜਿਹਾ ਹੋਰ,
ਇੱਕ ਪ੍ਰਸ਼ਾਦਾ ਹੋਰ ਬਾਰ ਬਾਰ ਇਹ ਪ੍ਰੇਮ ਨਾਲ ਹੋਰ ਲੰਗਰ ਛਕਾ ਰਹੇ ਹਨ। ਸਨੇ ਸਨੇ ਬਾਤਨ ਬਤਰਾਵਤ ਸਹਿਜ ਸਹਿਜ ਮਹਾਰਾਜ ਦੇ ਦਰਸ਼ਨ ਵੀ ਕਰੀ ਜਾ ਰਹੇ ਹਨ, ਥੋੜੀਆਂ ਬਹੁਤਾਂ ਗੱਲਾਂ ਵੀ ਕਰ ਰਹੇ ਹਨ। ਇਹ ਸਵਾਦਲ ਕਹਿ 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 ਖੁਆਵਤ ਮਹਾਰਾਜ ਜੀ ਇਹ ਸਬਜ਼ੀ ਬੜੀ ਸਵਾਦ ਹੈ, ਇਹ ਛਕ ਲਓ ਥੋੜੀ ਜਿਹੀ ਹੋਰ। ਇਹ ਦਾਲਾ ਬੜਾ ਸਵਾਦ ਹੈ, ਮੱਖਣ ਪਾਇਆ ਮਹਾਰਾਜ ਛਕ ਲਓ ਥੋੜਾ ਜਿਹਾ। ਇਹ ਅਚਾਰ ਹੈ ਮਹਾਰਾਜ ਆਪਣੇ ਹੱਥੀ ਤਿਆਰ ਕੀਤਾ ਹੈ, ਇਹ ਵੀ ਛਕ ਲਓ। ਇਹ ਚਟਣੀ ਹੈ ਮਹਾਰਾਜ, ਇਹ ਮਹਾਰਾਜ ਬਹੁਤ ਵਧੀਆ ਹੈ, ਇਹ ਛਕ ਲਓ ਸਤਿਗੁਰੂ ਜੀ। ਇਹ ਖੀਰ ਹੈ ਬੜੀ ਵਧੀਆ, ਇਸ ਤਰ੍ਹਾਂ ਬਾਰ ਬਾਰ ਬੜਾ ਸਵਾਦ ਹੈ ਮਹਾਰਾਜ ਛਕ ਲਓ ਥੋੜਾ ਜਿਹਾ। ਸ਼ੱਕਰ ਪਾਈ ਹੈ ਮਹਾਰਾਜ ਘਿਓ ਵਿੱਚ, ਇਹ ਵੀ ਛਕ ਲਓ, ਇਹ ਵੀ ਛਕਾ ਰਹੇ ਹਨ। ਅਤਿ ਪ੍ਰਸੰਨ ਭਿਖ ਕਰ ਗੁਰ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਲੰਗਰ ਨਹੀਂ ਛਕ ਰਹੇ ਖਾਲਸਾ ਜੀ, ਉਹ ਸਵਾਦ ਉਹਨਾਂ ਦੇ ਪ੍ਰੇਮ ਦਾ ਸੀ ਖਾਲਸਾ ਜੀ, ਇਸ ਤੋਂ ਉੱਪਰ ਕੋਈ ਗੱਲ ਹੋ ਨਹੀਂ ਸਕਦੀ। ਜਿੱਥੇ ਲੰਗਰ ਹੈ ਉੱਥੇ ਪ੍ਰੇਮ ਹੈ, ਜਿੱਥੇ ਪ੍ਰੇਮ ਹੈ ਉੱਥੇ ਲੰਗਰ ਹੈ ਖਾਲਸਾ ਜੀ। ਤੇ ਮਹਾਰਾਜ ਜੀ ਛਕੀ ਜਾ ਰਹੇ ਨੇ, ਇੱਥੇ ਢਿੱਡ ਭਾਵੇ ਖਾਲਸਾ ਜੀ ਜਿਤਨਾ ਮਰਜ਼ੀ ਹੈ, ਪਰ ਪ੍ਰੇਮ ਕਰਕੇ ਨਹੀਂ ਪਿੱਛੇ ਹਟ ਰਹੇ ਮਹਾਰਾਜ, ਉਹਨਾਂ ਦਾ ਪ੍ਰੇਮ ਮਹਾਰਾਜ ਛਕ ਛਕ ਕੇ ਨਿਹਾਲ ਹੋਈ ਜਾ ਰਹੇ ਹਨ। ਪ੍ਰੇਮੀ ਮਹਾ ਜਾਨ ਕਰ ਦੋਏ ਦੋਵਾਂ ਨੂੰ ਆਪਣੇ ਪ੍ਰੇਮੀ ਜਾਣ ਕੇ ਮਹਾਰਾਜ ਜੀ ਨੇ ਸੰਬੰਧੀ ਹੈ ਗੁਰੂ ਹਮਾਰੇ, ਉਹਨਾਂ ਨੇ ਇਹ ਨਹੀਂ ਜਾਣਿਆ ਸਾਡੇ ਸੰਬੰਧੀ ਹਨ ਰਿਸ਼ਤੇਦਾਰ ਹਨ, ਨਹੀਂ ਇਹਨਾਂ ਦੋਵਾਂ ਨੇ ਇਹ ਨਹੀਂ ਜਾਣਿਆ। ਇਹ ਨਿਸ਼ਚੈ ਉਰ ਤੇ ਨਿਰਵਾਰੇ ਨਿਰਵਾਰੋਂ ਪਰੇ ਕਰਤਾ, ਇਹ ਭਰੋਸਾ ਪਰੇ ਕਰਤਾ ਕਿ ਮਹਾਰਾਜ ਸਾਡੇ ਰਿਸ਼ਤੇਦਾਰ ਹਨ, ਜੇ ਕਹਿ ਲਓ ਭਾਈ ਸਾਈ ਦਾਸ ਕਹਿੰਦੇ ਮੇਰੇ ਸਾਂਢੂ ਹਨ, ਨਹੀਂ ਇਹ ਤਾਂ ਪਰਮੇਸ਼ਰ ਹਨ। ਭਾਈ ਸਾਈ ਦਾਸ ਇਸ ਤਰ੍ਹਾਂ ਉਸ ਦੁਨੀਆਂ ਦਾ ਸਾਕ ਪਰੇ ਕਰਕੇ ਨਾ ਮਹਾਰਾਜ ਜੀ ਨੂੰ ਪ੍ਰਤੱਖ ਪਰਮੇਸ਼ਰ ਜਾਣਦੇ ਹੋਏ ਪ੍ਰੇਮ ਨਾਲ ਲੰਗਰ ਛਕਾ ਰਹੇ ਹਨ। ਪ੍ਰਭੂ ਲਖਿਓ ਸਭ ਜਗ ਕੋ ਸੁਆਮੀ ਆਇਓ ਹਮੇ ਉਧਾਰਨ ਕਾਮੀ। ਇਹ ਜਾਣਿਆ ਵੀ ਅਸੀਂ ਕਾਮੀ ਜੀਵ ਹਾਂ, ਅਸੀਂ ਵਿਸ਼ੇ ਵਿਕਾਰੀ ਜੀਵ ਹਾਂ, ਤੇ ਸਾਡਾ ਉਧਾਰ ਕਰਨ ਲਈ ਮਹਾਰਾਜ ਪਰਮੇਸ਼ਰ ਜੀ ਆਪੇ ਆਏ ਖਾਸ ਸਾਡੀ ਝੁੱਗੀ ਚ ਮਹਾਰਾਜ ਜੀ ਨੇ ਚਰਨ ਪਾਏ। ਦੇਖੋ ਬਿਨਾਂ ਬੁਲਾਏ ਆਏ, ਨਾ ਚਿੱਠੀ ਭੇਜੀ, ਨਾ ਕੋਈ ਬੰਦਾ ਭੇਜਿਆ, ਨਾ ਆਪ ਬੁਲਾਉਣ ਵਾਸਤੇ ਗਏ, ਤੇ ਬਿਨਾਂ ਬੁਲਾਏ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀ ਪਛਾਣਤ, ਬਿਨਾਂ ਬੁਲਾਏ ਮਹਾਰਾਜ ਜੀ ਆਏ ਹਨ। ਦੀਨ ਬੰਧੂ ਜੈ ਨਾਮ ਉਚਾਰੇ, ਇਹੀ ਤਾਂ ਕਹਿੰਦੇ ਦੀਨਾਂ ਦੇ ਬੰਧੂ, ਅਸੀਂ ਗਰੀਬ ਹਾਂ ਤੇ ਸਾਡੇ ਪਿਆਰੇ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਬਸੀ ਪ੍ਰੇਮ ਕੇ ਸਕਲ ਵਿਚਾਰੇ, ਸਾਰੀ ਸੰਗਤ ਵੀ ਇਹੀ ਵਿਚਾਰ ਕਰਦੀ ਹੈ ਕਿ ਮਹਾਰਾਜ ਜੀ ਪ੍ਰੇਮ ਦੇ ਵਸ ਹੁੰਦੇ ਹਨ। ਤੀਨ ਲੋਕਪਤੀ ਕੀ ਇਹ ਮੂਰਤ, ਇਹ ਜਿਹੜਾ ਸਰੂਪ ਹੈ ਨਾ ਇਹ ਤਿੰਨਾਂ ਲੋਕਾਂ ਦੇ ਪਤੀ ਅਕਾਲ ਪੁਰਖ ਪਰਮਾਤਮਾ ਦਾ ਹੈ। ਸਿੱਖਨ ਬਤਸਲ ਸੁੰਦਰ ਸੂਰਤ, ਸਿੱਖ ਹਨ ਉਹ ਬੱਚੇ ਹਨ, ਵਤਸਲ ਕਹਿੰਦੇ ਬੱਚਾ, ਬੱਚਾ ਹੁੰਦਾ ਉੱਥੋਂ ਬਣਿਆ ਵਾਤਸਲਿਆ ਬੱਚਾ। ਬੱਚਾ ਕੀ ਹੈ, ਗਾਂ ਨੂੰ ਬੱਚਾ ਪਿਆਰਾ ਆਪਣਾ, ਤੇ ਰੱਬ ਨੂੰ ਆਪਣੇ ਭਗਤ ਪਿਆਰੇ ਹਨ। ਤੇ ਮਹਾਰਾਜ ਜੀ ਅਸੀਂ ਤੁਹਾਡੇ ਬੱਚੇ ਹਾਂ, ਸਤਿਗੁਰ ਜੀ ਤੁਸੀਂ ਸਾਨੂੰ ਪਿਆਰੇ ਹੋ, ਅਸੀਂ ਤੁਹਾਨੂੰ ਪਿਆਰੇ ਹਾਂ। ਗੁਰਪੂਰੇ ਇਸ ਤਰ੍ਹਾਂ ਉਹਨਾਂ ਦਾ ਪ੍ਰੇਮ ਮਹਾਰਾਜ ਜੀ ਅੰਦਰੋਂ ਜਾਣ ਕੇ ਭਏ ਪ੍ਰਸੰਨ ਚਰਿਤ ਜਿਨ ਰੂਰੇ, ਇਹਨਾਂ ਦੇ ਕੌਤਕ ਬੜੇ ਸੋਹਣੇ ਹਨ ਮਹਾਰਾਜ ਜੀ, ਉਹਨਾਂ ਦਾ ਅੰਦਰਲਾ ਪ੍ਰੇਮ ਜਾਣ ਕੇ ਵੇਖ ਕੇ ਸ਼ਰਧਾ ਭਾਵਨਾ ਵੇਖ ਕੇ ਬੜੇ ਖੁਸ਼ ਹੋ ਰਹੇ ਹਨ। ਅਪਰ ਕਾਮਨਾ ਜਿਨ ਕੈ ਨਾਈ, ਜਿਨ੍ਹਾਂ ਦੇ ਮਨ ਵਿੱਚ ਹੋਰ ਕੋਈ ਤਮੰਨਾ ਨਹੀਂ, ਕੋਈ ਤਮੰਨਾ ਨਹੀਂ ਮਹਾਰਾਜ ਪੁੱਤਰ ਦੇ ਦੋ ਕੋਈ ਲੋੜ ਨਹੀਂ, ਮਹਾਰਾਜ ਵਧੀਆ ਕੋਠੀ ਦੇ ਦੋ, ਕਾਰ ਦੇ ਦੋ ਕੋਈ ਲੋੜ ਨਹੀਂ, ਇੱਕੋ ਤਮੰਨਾ ਹੈ ਮਹਾਰਾਜ ਇਸ ਹਿਰਦੇ ਵਿੱਚ ਤੁਸੀਂ ਆ ਕੇ ਬੈਠ ਜਾਓ। ਇਹ ਹਿਰਦਾ ਮਹਾਰਾਜ ਸੱਖਣਾ ਹੈ,
ਤੁਹਾਡਾ ਪ੍ਰੇਮ ਜੇ ਅੰਦਰ ਆ ਗਿਆ ਮਰ ਤੁਸੀਂ ਵੀ ਆ ਕੇ ਬੈਠ ਜਾਓ ਨਾ, ਇਹੀ ਤਮੰਨਾ ਹੈ ਉਹਨਾਂ ਦੀ। ਰਿਦਾ ਬਿਮਲ ਕਰ ਦੀਨਸ ਤਾਈ ਸਤਨਾਮ। ਇੱਥੇ ਨਿਹਾਲ ਹੋ ਗਏ ਦੋਵੇਂ, ਹੋਰ ਕੋਈ ਤਮੰਨਾ ਨਹੀਂ ਸੀ ਇਹਨਾਂ ਦੇ ਮਨ ਵਿੱਚ, ਇੱਕੋ ਤਮੰਨਾ ਸੀ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਇਹੀ ਤਮੰਨਾ ਹੈ। ਤੇ ਮਹਾਰਾਜ ਨੇ ਉਹ ਤਮੰਨਾ ਵੇਖ ਕੇ ਨਾ ਬਖਸ਼ਿਸ਼ ਕੀਤੀ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਹਿਰਦਾ ਸ਼ੁੱਧ ਹੈ ਤੇ ਅੰਦਰ ਮਹਾਰਾਜ ਨੇ ਆਪਣਾ ਆਨੰਦ ਪਾਤਾ। ਲੈ ਭਾਈ ਅਸੀਂ ਆ ਕੇ ਤੁਹਾਡੇ ਹਿਰਦੇ ਚ ਬੈਠ ਗਏ ਹਾਂ, ਇਹ ਮਹਾਰਾਜ ਨੇ ਜਦੋਂ ਬਖਸ਼ਿਸ਼ ਕੀਤੀ ਰੁਚਕਰ ਭੋਜਨ ਤੇ ਤ੍ਰਿਪਤਾਏ, ਤੇ ਮਹਾਰਾਜ ਨੂੰ ਬੜੇ ਪ੍ਰੇਮ ਕਰਕੇ ਲੰਗਰ ਛਕਾਇਆ ਇਹਨਾਂ ਨੇ। ਜਲ ਸੀਤਲ ਪੀਵਤ ਹਰ ਖਾਏ, ਠੰਡਾ ਜਲ ਛੱਕ ਕੇ ਮਹਾਰਾਜ ਜੀ ਬੜੇ ਆਨੰਦਿਤ ਹੋ ਰਹੇ ਹਨ। ਹੱਥ ਪਖਾਰਨ ਜਬ ਕਰ ਲੀਨ, ਤੇ ਜਦੋਂ ਇਹਨਾਂ ਨੇ ਹੱਥ ਧਵਾਉਣ ਲਈ ਉਹ ਕਟੋਰਾ ਉਹ ਗੜਵੀ ਹੱਥ ਚ ਫੜੀ ਹੈ, ਪਹੁੰਚਣ ਹਿਤ ਰੁਮਾਲ ਤਬ ਦੀਨ, ਤੇ ਹੱਥ ਧਵਾਉਣ ਤੋਂ ਬਾਅਦ ਫਿਰ ਖਾਲਸੇ ਰੁਮਾਲ ਵੀ ਹੱਥ ਵਿੱਚ ਫੜਿਆ ਇਹਨਾਂ ਨੇ। ਕਰੇ ਉਹ ਬਚਨ ਔਰ ਪਾਉ ਜੋ ਹੇਰਾ, ਹੋਏ ਨਾ ਅਬ ਤੇ ਭਵ ਜਲ ਫੇਰਾ। ਸਤਨਾਮ ਸ੍ਰੀ ਵਾਹਿਗੁਰੂ। ਹੋਰ ਪ੍ਰੇਮ ਵੱਧ ਰਿਹਾ ਇਹਨਾਂ ਦਾ ਤੇ ਮਹਾਰਾਜ ਹੋਰ ਬਖਸ਼ਿਸ਼ ਕਰੀ ਜਾ ਰਹੇ ਭਾਈ, ਹਿਰਦਾ ਦੇ ਸ਼ੁੱਧ ਕਰਤਾ ਮਹਾਰਾਜ ਨੇ ਦੋਵਾਂ ਦਾ। ਹਦਗੁਰ ਕਹਿਣ ਲੱਗੇ ਤੁਹਾਡਾ ਐਸਾ ਪ੍ਰੇਮ ਕਿ ਅੱਜ ਤੋਂ ਬਾਅਦ ਤੁਹਾਡਾ ਜਨਮ ਮਰਨ ਦਾ ਗੇੜਾ ਖਤਮ ਹੋ ਗਿਆ ਹੈ ਦੋਵਾਂ ਦਾ ਹੀ, ਕਿ ਤੁਹਾਡੀ ਅਹੰਸ ਬਸ ਦਾ ਵੇੜਾ ਹੀ ਖਪਾਰ ਹੋ ਗਿਆ ਬਸ। ਭਵਜਲ ਫੇਰਾ, ਭਵਜਲ ਕਹਿੰਦੇ ਜਨਮ ਮਰਨ ਦਾ ਫੇਰਾ, ਆਉਣਾ ਜਾਣਾ, ਫੇਰਾ ਪਾਉਣਾ, ਘੁੰਮਣਾ ਫਿਰਨਾ, ਇਹ ਘੁੰਮਣਾ ਫਿਰਨਾ ਤੁਹਾਡਾ ਖਤਮ ਕਰਦਾ, ਜਾਓ ਆਨੰਦ ਲਓ। ਫਿਰ ਤੁਹਾਡੇ ਅੰਦਰ ਗੁਰੂ ਹੈ, ਤੁਸੀਂ ਗੁਰੂ ਦੇ ਅੰਦਰ ਨਿਵਾਸ ਕਰੋਗੇ। ਅਤ ਪਰਸੰਨ ਮੋਕੋ ਤੁਮ ਕੀਨਾ, ਇਸ ਕਾਰਨ ਤੇ ਗਤ ਵਰ ਦੀਨਾ। ਅਸੀਂ ਤੁਹਾਨੂੰ ਇਹ ਵਰ ਦੇ ਰਹੇ ਹਾਂ, ਕਿਹੜਾ ਵਰ? ਗਤ ਗਤੀ ਮੁਕਤੀ ਦਾ ਵਰ ਦੇ ਰਹੇ ਹਾਂ। ਤੁਸੀਂ ਜਿੰਦੇ ਜੀ ਮੁਕਤ ਹੋ, ਤੁਸੀਂ ਸਾਨੂੰ ਖੁਸ਼ ਕੀਤਾ ਹੈ, ਅਸੀਂ ਤੁਹਾਨੂੰ ਖੁਸ਼ ਕਰ ਰਹੇ ਹਾਂ, ਜਾਓ ਤੁਸੀਂ ਦੋਵੇਂ ਮੁਕਤ ਹੋ। ਦੇਖਿਓ ਆਪਣੇ ਹਿਰਦੇ ਵਿਚਾਰ, ਤੁਸੀਂ ਵੀ ਦੇਖ ਲਓ ਆਪਣੇ ਹਿਰਦੇ ਚ ਵਿਚਾਰ ਕਰਕੇ। ਪਰਮ ਮੋਹ ਕੇ ਮਿਟੇ ਕੀ ਵਾਰ, ਪਰਮ ਮੋਹ ਦੇ ਜਿਹੜੇ ਪਰਦੇ ਸਨ ਨਾ, ਦਰਵਾਜੇ ਬੰਦ ਸਨ, ਉਹ ਖਿਲ ਖੁੱਲ ਗਏ ਤੇ ਅੰਦਰ ਆਨੰਦ ਆ ਗਿਆ ਹੈ। ਗਿਆਨ ਬ੍ਰਿਤੀ ਜਿਨ ਕੇ ਉਰ ਜਾਗੀ, ਜਦੋਂ ਅੰਦਰ ਦੇ ਹਿਰਦੇ ਝਾਤੀ ਮਾਰੀ ਦੋਵਾਂ ਨੇ, ਅੰਦਰੋਂ ਗਿਆਨ ਦੀ ਬਿਰਤੀ ਆਪੇ ਜਾਗ੍ਰਿਤ ਹੋ ਗਈ, ਅੰਦਰਲਾ ਜਿਹੜਾ ਦਰਵਾਜ਼ਾ ਖੁੱਲ ਗਿਆ ਤੇ ਅੰਦਰੋਂ ਹੀ ਗਿਆਨ ਜੋ ਬ੍ਰਹਮ ਸਰੂਪ ਹੈ ਉਹ ਗਿਆਨ ਦੀਆਂ ਕਿਰਨਾਂ ਬਾਹਰ ਆਉਣ ਲੱਗੀਆਂ, ਬਿਲਕੁਲ ਸ਼ਾਂਤ ਹੋ ਗਏ ਹਨ। ਰਾਗ ਦੁਐਖ ਤਨ ਹੰਤਾ ਤਿਆਗੀ, ਇਹੀ ਚੀਜ਼ ਹੈ ਖਾਲਸਾ ਜੀ, ਜਦੋਂ ਅੰਦਰਲਾ ਗਿਆਨ ਬਾਹਰ ਨਹੀਂ ਆਵੇਗਾ ਨਾ, ਸਰੂਪ ਦਾ ਗਿਆਨ, ਉਦੋਂ ਤੱਕ ਰਾਗ ਦੁਐਸ਼ ਨਹੀਂ ਜਾਵੇਗੀ, ਈਰਖਾ ਨਹੀਂ ਜਾਵੇਗੀ, ਆਪਣਾ ਬਗਾਨੇ ਦਾ ਭਾਵ ਇਹ ਨਹੀਂ ਜਾਵੇਗਾ। ਅੱਜ ਖਤਮ ਹੋ ਗਿਆ ਸਭ ਕੁਛ, ਕਿ ਮਹਾਰਾਜ ਸਾਡੇ ਆਪਣੇ ਹਨ, ਰਿਸ਼ਤੇਦਾਰ ਹਨ, ਰਿਸ਼ਤੇਦਾਰੀ ਖਤਮ ਹੋ ਗਈ, ਇਹ ਆਪਣਾ ਬਗਾਨਾ ਹੀ ਹੁੰਦਾ ਨਾ, ਵੀ ਕੋਈ ਆਪਣਾ ਕੋਈ ਬਗਾਨਾ, ਦੋਵਾਂ ਦਾ ਆਪਣਾ ਬਗਾਨਾ ਖਤਮ, ਕਿ ਮਹਾਰਾਜ ਜੀ ਨੂੰ ਪਰਮੇਸ਼ਰ ਕਰਕੇ ਜਾਣਦੇ ਹਨ। ਅੱਜ ਉਹੀ ਪਰਮੇਸ਼ਰ ਅੰਦਰੋਂ ਆਵਾਜ਼ ਦੇ ਕੇ ਕਹਿੰਦਾ ਭਾਈ ਅੰਦਰ ਆ ਜਾਓ, ਹੁਣ ਅੰਦਰ ਆ ਕੇ ਜੁੜੇ ਰਹੋ, ਆਨੰਦ ਵਿੱਚ ਰਹੋ। ਗੁਰੂ ਮਹਾਤਮ ਨੀਕੇ ਜਾਨਾ, ਦੋਵਾਂ ਨੇ ਮਹਾਰਾਜ ਦਾ ਮਹਾਤਮ ਚੰਗੀ ਤਰ੍ਹਾਂ ਜਾਣਿਆ ਹੈ। ਵਿਸ਼ਿਆਂ ਤੇ ਮਨ ਜਬ ਸਿਤਲਾਨਾ, ਜਦੋਂ ਵਿਸ਼ਿਆਂ ਤੋਂ ਮਨ ਬਿਲਕੁਲ ਠੰਡਾ ਠਾਰ ਭਾਵ ਸ਼ਾਂਤ ਹੋ ਗਿਆ। ਵੱਡੇ ਭਾਗ ਤੇ ਜਾਗੇ ਉਹ ਗਿਆਨ,
जगत के बंधन हान। तेनू कहंदे वडभागी, जिन्हां दे भाग विच वडप्पण चला गया, जदों वडभागी होमै चली गई प्रेम रह गया, ते वड्डे भागां करके बख्शिश होई, अंदर आत्म ज्ञान जागया, विषय विकार सारे खत्म हो गए भाई साई दास दे, ते तन उन्हां दी पत्नी बीबी रामो जी दोवें निहाल निहाल हो गए गुरु दे प्रेम कर गए। ते महाराज किवें उत्थे होर कोतक करनगे, ते उत्थे ही गुरु महाराज दे पहले साहिबजादे बाबा गुरदित्ता जी दा हुण किवें खालसा जी आगमन होना है, ओदी विचार आप जी कल श्रवण करना जी। इतनियां ही बेनतियां प्रवान भुल चुक दिखी, मैं एक बेनती है भाई, जिवें हर महीने गुरद्वारा खेल साहब आप जी शायद भुल गए होने, भी कई दिनों बाद जिक्र होया ना, असीं सारे भुलक्कड़ियां खालसा जी भुल ना जाना भाई, वह भी महाराज का पावन स्थान है संतां महापुरशां का, जिथे बाबा दयाल सिंह जी ने अपने बंदगी नाल खालसा जी उत्थे गुरु महाराज के जिहड़े जीव हन ना उन्हां जीवां नूं पाणी पिया। देखो पशुआं नूं पाणी पियाणा किस करके, पाणी तो सारे पियांदे, गऊशाला हर थां ते बणियां, पर उत्थे बैठ के उन्हां जीवां च रब नूं वेख्या, उन्हां ने अपने हत्थी खूह चों पाणी कढ के खेड़ राही पाणी पियाणा उन्हां नूं, ते करना की वाहिगुरु वाहिगुरु वाहिगुरु, सारा दिन रब दा भजन करी जाना। वह भजनीक स्थान है, असीं उहदे बारे जाणदे ही नहीं वी कित्थे है जी, गुरुद्वारा खेल साहब 22 नंबर फाटक पुल दे थले है, वह पावन स्थान वह थले थले ही है, तुसीं उत्तों लंघ जाने हो खालसा जी, उत्तों नहीं लंघना, थले भी कदी झाती मार ले करो, उत्थे भी रब दे प्यारे वसदे हन, ते उत्थे पावन खालसा जी समागम हर महीने होंदे हन। एक तां पूर्णमासी का समागम उत्थे हर महीने होंदा है, दुपहर का समागम है, रात्रि के जिहड़े दीवान हन वह हर महीने दूजे शनिवार नूं होंदे खालसा जी। हुण जिहड़ा शनिवार 13 तरीक आ रहा है, शाम 7 to 9 बजे तक समागम है, ते आप समूह संगतां ने जिहड़े इच्छुक हन वह आ जाण, थले झाती मारन वाले ते उत्तों लंघन वाले जा सकदे भाई, तुहाडी मर्जी है, ते गुरु के लंगर अतुट वरतणगे। आप संगतां ने गुरबाणी कथा का ਅਤੇ ਕੀਰਤਨ ਦਾ ਉੱਥੇ ਰਸ ਮਾਣਨਾ ਹੈ, ਅਤੇ ਐਸੀ ਬਖਸ਼ਿਸ਼ ਭਾਰਤ ਸਭਨਾ ਤੇ ਕਰਨ। 13 ਤਰੀਕ ਦੂਜਾ ਸ਼ਨੀਵਾਰ ਸ਼ਾਮ 7 to 9 ਵਜੇ ਤੱਕ ਸਮਾਪਤੀ ਪੂਰੀ ਹੋ ਜਾਏ ਖਾਲਸਾ ਜੀ, 2 ਘੰਟੇ ਸਮਾਗਮ ਬਹੁਤਾ ਸਮਾਂ ਨਹੀਂ, ਇਸ ਕਰਕੇ ਆਪ ਸਮੂਹ ਸੰਗਤਾਂ ਨੇ ਗੁਰਦੁਆਰਾ ਖੇਲ ਸਾਹਿਬ ਹਾਜ਼ਰੀਆਂ ਭਰਨੀਆਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ। ਇਤਨੀਆਂ ਬੇਨਤੀਆਂ ਪਰਿਵਾਰ ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ 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 ਵਾਹਿਗੁਰੂ।